ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਆਡੀਓ ਬੁੱਕ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਮਨਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪਿਛਲੇ ਭਾਗ ਵਿੱਚ ਅਸੀਂ ਇਸ ਕਿਤਾਬ ਦੇ 240 ਪੰਨੇ ਪੜ੍ਹ ਚੁੱਕੇ ਸੀ। ਹੁਣ ਅਸੀਂ ਸ਼ੁਰੂ ਕਰਦੇ ਹਾਂ ਇਸ ਕਿਤਾਬ ਦਾ ਅਖੀਰਲਾ ਭਾਗ। ਰਾਜਾ ਸ਼ੇਰ ਸਿੰਘ ਨੇ ਹਥਿਆਰ ਰੱਖਣੇ। 14 ਮਾਰਚ 1849 ਈਸਵੀ ਨੂੰ ਜਨਰਲ ਗਿਲਬਰਟ ਸ਼ੇਖ ਇਮਾਮੂਦੀਨ ਤੇ ਐਬਟ ਨੇ ਰਾਵਲਪਿੰਡੀ ਰਾਜਾ ਸ਼ੇਰ ਸਿੰਘ ਨੂੰ ਜਾ ਘੇਰਿਆ। ਇਸ ਵੇਲੇ ਉਸ ਕੋਲ ਨਾ ਖਾਣ ਵਾਸਤੇ ਕੋਈ ਸਮਾਨ ਸੀ, ਨਾ ਲੜਾਈ ਕਰਨ ਵਾਸਤੇ, ਕੇਵਲ ਤਨ ਦੇ ਕੱਪੜੇ ਤੇ ਗਾਤਰੇ ਦੀ ਤਲਵਾਰ ਸੀ। ਇਸ ਤਰ੍ਹਾਂ ਚੁਫੇਰਿਓਂ ਘਿਰ ਜਾਣ ਤੇ ਸਿੱਖਾਂ ਨੇ ਗਿਲਬਰਟ ਦੇ ਸਾਹਮਣੇ ਹਥਿਆਰ ਰੱਖ ਦਿੱਤੇ। ਜਨਰਲ ਗਿਲਬਰਟ ਦੇ ਸੱਜੇ ਪਾਸੇ ਖਲੋ ਕੇ ਰਾਜਾ ਸ਼ੇਰ ਸਿੰਘ ਨੇ ਇਹ ਕਹਿੰਦਿਆਂ ਹੋਇਆਂ ਤਲਵਾਰ ਰੱਖੀ, ਅੰਗਰੇਜ਼ਾਂ ਦੇ ਅਨੇਕਾਂ ਜ਼ੁਲਮਾਂ ਦੇ ਕਾਰਨ ਅਸਾਂ ਇਹ ਯੁੱਧ ਕੀਤਾ ਹੈ। ਆਪਣੇ ਦੇਸ਼ ਦੀ ਰੱਖਿਆ ਵਾਸਤੇ ਅਸੀਂ ਹੁੰਦੇ ਤਾਣ ਲੜੇ ਹਾਂ। ਹੁਣ ਅਸੀਂ ਇਸ ਮੰਦਹਾਲੀ ਵਿੱਚ ਫਸ ਗਏ ਹਾਂ ਕਿ ਸਾਡੀ ਸੈਨਾ ਦੇ ਸੂਰਮੇ ਮੈਦਾਨ ਵਿੱਚ ਸ਼ਹੀਦੀ ਦੀ ਸੇਜ ਉੱਤੇ ਸਦਾ ਵਾਸਤੇ ਸੌਂ ਗਏ ਹਨ। ਸਾਡੀਆਂ ਤੋਪਾਂ ਤੇ ਹੋਰ ਹਥਿਆਰ ਸਾਡੇ ਹੱਥੋਂ ਨਿਕਲ ਚੁੱਕੇ ਹਨ। ਇਸ ਵੇਲੇ ਅਸੀਂ ਤੰਗ ਆ ਕੇ ਜੀਵਨ ਅਰਪਣ ਕਰਦੇ ਹਾਂ। ਅਸਾਂ ਜੋ ਕੁਛ ਕੀਤਾ ਹੈ ਉਸ ਬਦਲੇ ਸਾਨੂੰ ਕੋਈ ਪਛਤਾਵਾ ਨਹੀਂ। ਜੋ ਕੁਛ ਅਸਾਂ ਹੁਣ ਕੀਤਾ ਹੈ ਬਲ ਹੋਣ ਤੇ ਭਲਕੇ ਵੀ ਉਹ ਕਰਾਂਗੇ। ਇੱਕ ਇੱਕ ਸਿਪਾਹੀ ਅੱਗੇ ਆਉਂਦਾ ਤੇ ਗਿਲਬਰਟ ਦੇ ਸਾਹਮਣੇ ਤਲਵਾਰ ਰੱਖ ਦਿੰਦਾ। ਉਸ ਵੇਲੇ ਉਹਦੀਆਂ ਅੱਖਾਂ ਵਿੱਚੋਂ ਅਰਮਾਨ ਵਹਿੰਦੇ ਦਿਸਦੇ। ਇਉਂ ਜਾਪਦਾ ਜਿਵੇਂ ਉਹਦੇ ਕੋਲੋਂ ਪ੍ਰਾਣਾਂ ਨਾਲੋਂ ਵੀ ਪਿਆਰੀ ਕੋਈ ਚੀਜ਼ ਖੋਹੀ ਜਾ ਰਹੀ ਹੁੰਦੀ ਹੈ। ਕਈ ਸਿਪਾਹੀ ਉੱਚੀ ਉੱਚੀ ਤਾਹੀ ਮਾਰਦੇ ਤੇ ਆਖਦੇ, ਅੱਜ ਮਹਾਰਾਜਾ ਰਣਜੀਤ ਸਿੰਘ ਮੋਇਆ। ਇਹ ਦ੍ਰਿਸ਼ ਵੇਖ ਕੇ ਦਿਲ ਪਾੜਦਾ ਸੀ। ਸਭ ਨੇ ਹਥਿਆਰ ਰੱਖ ਦਿੱਤੇ। ਕੇਵਲ ਦੋ ਸਿੱਖਾਂ, ਭਾਈ ਮਹਾਰਾਜ ਸਿੰਘ ਤੇ ਕਰਨਲ ਰਸ਼ਪਾਲ ਸਿੰਘ ਨੇ ਆਪਣੇ ਹਥਿਆਰ ਨਹੀਂ ਰੱਖੇ। ਅੰਗਰੇਜ਼ ਜਰਨੈਲ ਨੇ ਇਹਨਾਂ ਸਿੱਖ ਸਿਪਾਹੀਆਂ ਨੂੰ ਕੁਛ ਰੁਪਏ ਦੇਣੇ ਚਾਹੇ, ਪਰ ਇਹਨਾਂ ਅਣਖੀ ਬੰਦਿਆਂ ਵਿੱਚੋਂ ਕਿਸੇ ਇੱਕ ਨੇ ਵੀ ਰੁਪਏ ਲੈਣੇ ਪ੍ਰਵਾਨ ਨਾ ਕੀਤੇ। ਰਾਜਾ ਸ਼ੇਰ ਸਿੰਘ, ਸਰਦਾਰ ਚਤਰ ਸਿੰਘ ਤੇ ਕੁਛ ਹੋਰ ਸਰਦਾਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬਾਕੀਆਂ ਨੂੰ ਘਰੋ ਕਰੀ ਜਾਣ ਦੀ ਆਗਿਆ ਦੇ ਦਿੱਤੀ। ਰਾਜਾ ਸ਼ੇਰ ਸਿੰਘ ਤੇ ਉਸਦਾ ਪਿਤਾ ਸਰਦਾਰ ਚਤਰ ਸਿੰਘ ਨਜ਼ਰਬੰਦ ਕਰਕੇ ਕਲਕੱਤੇ ਭੇਜ ਦਿੱਤੇ ਗਏ। ਸਾਰੇ ਪੰਜਾਬ ਵਿੱਚ ਅਮਨ ਹੋ ਗਿਆ। ਹਰ ਥਾਂ ਬਗਾਵਤ ਦਬਾ ਦਿੱਤੀ ਗਈ। ਹੁਣ ਲਾਰਡ ਡਲਹੌਜ਼ੀ ਦੀ ਚਿਰ ਦੀ ਆਸ ਨੂੰ ਫਲ ਲੱਗਣ ਦਾ ਸਮਾਂ ਆਇਆ। ਉਸਨੇ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਮਿਲਾ ਲੈਣ ਦੀਆਂ ਸ਼ਰਤਾਂ ਲਿਖ ਕੇ ਹੈਨਰੀ ਇਲੀਅਟ, ਜੋ ਬਰਤਾਨਵੀ ਕਮਿਸ਼ਨਰ ਸੀ, ਨੂੰ ਰਜੈਂਸੀ ਕੌਂਸਲ ਨਾਲ ਫੈਸਲਾ ਕਰਨ ਬਦਲੇ ਲਾਹੌਰ ਭੇਜਿਆ। ਇਲੀਅਟ 28 ਮਾਰਚ 1849 ਈਸਵੀ ਨੂੰ ਲਾਹੌਰ ਪੁੱਜਾ। ਜਦ ਉਹਨੇ ਆਉਣ ਦਾ ਕਾਰਨ ਦੱਸਿਆ ਤਾਂ ਹੈਨਰੀ ਲਾਰੈਂਸ ਬੜਾ ਦੁਖੀ ਹੋਇਆ, ਕਿਉਂਕਿ ਉਹ ਪੰਜਾਬ ਨੂੰ ਜ਼ਬਤ ਕਰਨ ਦੇ ਹੱਕ ਵਿੱਚ ਨਹੀਂ ਸੀ। ਖੈਰ, ਇਸ ਗੱਲ ਨਾਲ ਕੀ ਫਰਕ ਪੈ ਚੱਲਿਆ ਸੀ? ਡਲਹੌਜ਼ੀ ਦੀ ਇੱਛਿਆ ਨੂੰ ਕੌਣ ਟਾਲ ਸਕਦਾ ਸੀ? ਮੁਲਤਾਨ ਦੀ ਬਗਾਵਤ ਦੀ ਖਬਰ ਸੁਣ ਕੇ ਹੈਨਰੀ ਲਾਰੈਂਸ ਵਲਾਇਤ ਤੋਂ ਚੱਲਿਆ ਤੇ ਦਸੰਬਰ ਵਿੱਚ ਬੰਬਈ ਪਹੁੰਚ ਗਿਆ। ਉਹ ਸਿੱਧਾ ਮੁਲਤਾਨ ਪੁੱਜਾ ਤੇ ਘੇਰਾ ਪਾਉਣ ਵਾਲੀ ਫੌਜ ਦੀ ਮਦਦ ਕਰਦਾ ਰਿਹਾ। 9 ਜਨਵਰੀ 1849 ਈਸਵੀ ਨੂੰ ਉਹ ਮੁਲਤਾਨੋਂ ਵਾਪਸ ਆ ਕੇ ਗਫ ਦੇ ਡੇਰੇ ਨਾਲ ਮਿਲਿਆ ਤੇ ਚੇਲੀਆਂ ਵਾਲੀ ਦੀ ਲੜਾਈ ਵਿੱਚ ਸ਼ਾਮਲ ਰਿਹਾ। 18 ਜਨਵਰੀ ਨੂੰ ਵਾਪਸ ਲਾਹੌਰ ਆ ਕੇ ਉਹਨੇ ਰੈਜ਼ੀਡੈਂਟ ਦਾ ਅਹੁਦਾ ਸੰਭਾਲ ਲਿਆ। 28 ਮਾਰਚ ਨੂੰ ਹੈਨਰੀ ਇਲੀਅਟ ਲਾਹੌਰ ਪੁੱਜਾ ਤੇ ਆਉਂਦਿਆਂ ਹੀ ਆਪਣਾ ਕੰਮ ਆਰੰਭ ਦਿੱਤਾ। ਮੈਂ ਆਪਣੇ ਵੱਲੋਂ ਕੁਛ ਨਾਂ ਲਿਖ ਕੇ ਇਲੀਅਟ ਦੀ ਰਿਪੋਰਟ ਦਾ ਹਵਾਲਾ ਦਿੰਦਾ ਹਾਂ। ਉਹ ਲਿਖਦਾ ਹੈ, ਆਉਂਦਿਆਂ ਹੀ ਮੈਂ ਸਰ ਹੈਨਰੀ ਲਾਰੈਂਸ ਤੇ ਜੌਨ ਲਾਰੈਂਸ ਨਾਲ ਉਸ ਕੰਮ ਦੀ ਗੱਲਬਾਤ ਸ਼ੁਰੂ ਕੀਤੀ ਜਿਸ ਵਾਸਤੇ ਮੈਂ ਭੇਜਿਆ ਗਿਆ ਸਾਂ, ਪਰ ਮੈਨੂੰ ਇਹ ਵੇਖ ਕੇ ਬੜਾ ਦੁੱਖ ਹੋਇਆ ਕਿ ਇਹ ਦੋਵੇਂ ਅਫਸਰ ਇਸ ਗੱਲ ਉੱਤੇ ਤੁਲੇ ਹੋਏ ਸਨ ਕਿ ਕੌਂਸਲ ਦੇ ਮੈਂਬਰਾਂ ਤੋਂ ਸੁਲਾਹ ਦੀਆਂ ਸ਼ਰਤਾਂ ਦੀ ਮਨਜ਼ੂਰੀ ਨਾ ਕਰਾਈ ਜਾਵੇ, ਕਿਉਂਕਿ ਉਹ ਪਹਿਲੀ ਸੁਲਾਹ ਦੇ ਕਾਰਨ ਹੀ ਆਪਣੇ ਦੇਸ਼ ਵਿੱਚ ਬਦਨਾਮ ਹੋ ਚੁੱਕੇ ਹਨ। ਇਸ ਪਰ ਮੈਂ ਬੇਨਤੀ ਕੀਤੀ ਕਿ ਕੌਂਸਲ ਦੇ ਦੋ ਪ੍ਰਤਾਪੀ ਮੈਂਬਰਾਂ ਨੂੰ ਗੁਪਤ ਸਭਾ ਵਿੱਚ ਸੱਦਿਆ ਜਾਵੇ। ਸੋ ਕਹੇ ਅਨੁਸਾਰ ਰਾਜਾ ਤੇਜ ਸਿੰਘ ਤੇ ਦੀਵਾਨ ਦੀਨਾ ਨਾਥ ਬੁਲਾਏ ਗਏ। ਪਹਿਲਾਂ ਤਾਂ ਰਾਜਾ ਤੇਜ ਸਿੰਘ ਨੇ ਬਿਮਾਰੀ ਦਾ ਬਹਾਨਾ ਲਾ ਕੇ ਆਉਣ ਤੋਂ ਨਾ ਕਰ ਦਿੱਤੀ। ਮੈਂ ਆਪ ਉਹਦੇ ਘਰ ਚਲਿਆ ਜਾਂਦਾ ਜੇ ਮੈਨੂੰ ਇਹ ਖਟਕਾ ਨਾ ਹੁੰਦਾ ਕਿ ਉਹਦੀ ਮਨਜ਼ੂਰੀ ਹਾਸਲ ਕਰਨ ਬਦਲੇ
ਵਧੇਰੇ ਇੱਛਾ ਪ੍ਰਗਟ ਕਰਨ ਦਾ ਕੋਈ ਮਾੜਾ ਸੱਟਾ ਨਾ ਨਿਕਲਦਾ ਹੋਵੇ। ਇਸ ਲਈ ਮੈਂ ਫੇਰ ਤੇਜ ਸਿੰਘ ਨੂੰ ਅਖਵਾ ਭੇਜਿਆ ਕਿ ਕੰਮ ਬੜਾ ਜ਼ਰੂਰੀ ਹੈ ਤੇ ਤੁਹਾਡੇ ਆਏ ਬਿਨਾਂ ਪੂਰਾ ਨਹੀਂ ਹੋ ਸਕਦਾ। ਜੇ ਤੁਸੀਂ ਬਹੁਤੇ ਬਿਮਾਰ ਨਾ ਹੋਵੋ ਤਾਂ ਰਜੈਂਸੀ ਆਫਿਸ ਵਿੱਚ ਆ ਜਾਓ। ਇਸ ਬੁਲਾਵੇ ਤੇ ਉਹ ਸਣੇ ਦੀਵਾਨ ਦੀਨਾਨਾਥ ਦੇ ਆ ਪਹੁੰਚਾ। ਉਸਦੀ ਸੂਰਤ ਵੇਖਣ ਤੋਂ ਬਿਮਾਰੀ ਦਾ ਕੋਈ ਨਿਸ਼ਾਨ ਮਾਲੂਮ ਨਹੀਂ ਸੀ ਹੁੰਦਾ। ਪਹਿਲੀ ਮੁਲਾਕਾਤ ਹੁੰਦਿਆਂ ਹੀ ਮੈਂ ਆਪਣਾ ਮਤਲਬ ਜਿਸ ਵਾਸਤੇ ਮੈਂ ਆਇਆ ਸਾਂ ਉਹਨਾਂ ਨੂੰ ਦੱਸ ਦਿੱਤਾ ਕਿ ਹੁਣ ਪੰਜਾਬ ਪੂਰੀ ਤਰ੍ਹਾਂ ਅੰਗਰੇਜ਼ੀ ਰਾਜ ਵਿੱਚ ਮਿਲਾ ਲਿਆ ਜਾਵੇਗਾ। ਪਰ ਇਸ ਗੱਲ ਦਾ ਨਿਰਣਾ ਕਰਨਾ ਉਹਨਾਂ ਦੀ ਇੱਛਾ ਉੱਤੇ ਹੈ ਕਿ ਜਿਹੜੀਆਂ ਸ਼ਰਤਾਂ ਮੈਂ ਪੇਸ਼ ਕਰਦਾ ਹਾਂ ਇਹਨਾਂ ਅਨੁਸਾਰ ਪੰਜਾਬ ਜ਼ਬਤ ਕੀਤਾ ਜਾਵੇ ਜਾਂ ਕਿਸੇ ਹੋਰ ਢੰਗ ਨਾਲ। ਇਹ ਸੁਣ ਕੇ ਰਾਜਾ ਤੇਜ ਸਿੰਘ ਬੜਾ ਡਰਿਆ ਤੇ ਘਬਰਾਇਆ। ਉਹਨੇ ਰਾਜਾ ਸ਼ੇਰ ਸਿੰਘ ਤੇ ਉਹਦੇ ਸਾਥੀ ਬਾਗੀ ਸਰਦਾਰਾਂ ਨੂੰ ਬਹੁਤ ਬੁਰਾ ਭਲਾ ਕਿਹਾ ਜਿਨ੍ਹਾਂ ਨੇ ਕੌਂਸਲ ਨੂੰ ਇਸ ਹਾਲ ਤੱਕ ਪਹੁੰਚਾਇਆ ਸੀ। ਉਸਨੇ ਇਸ ਗੱਲ ਨੂੰ ਮੰਨਿਆ ਕਿ ਅੰਗਰੇਜ਼ੀ ਸਰਕਾਰ ਨੂੰ ਪੂਰਾ ਅਖਤਿਆਰ ਹੈ ਕਿ ਉਹ ਜੋ ਠੀਕ ਸਮਝੇ ਕਰੇ ਤੇ ਕਿਸੇ ਤਰ੍ਹਾਂ ਦੀਆਂ ਸ਼ਰਤਾਂ ਉੱਤੇ ਕੌਂਸਲ ਦੇ ਦਸਖਤਾਂ ਬਿਨਾਂ ਹੀ ਆਪਣੀ ਮਰਜ਼ੀ ਦਾ ਐਲਾਨ ਕਰ ਦੇਵੇ। ਮੈਂ ਇਲੀਅਟ ਅੱਗੋਂ ਉੱਤਰ ਦਿੱਤਾ ਕਿ ਜੇ ਉਹ ਗਵਰਨਰ ਜਨਰਲ ਦੀਆਂ ਲਾਈਆਂ ਹੋਈਆਂ ਸ਼ਰਤਾਂ ਤੋਂ ਇਨਕਾਰ ਕਰਨਗੇ ਤਾਂ ਮਹਾਰਾਜਾ ਤੇ ਕੌਂਸਲ ਦੇ ਮੈਂਬਰ ਪੂਰੀ ਤਰ੍ਹਾਂ ਗਵਰਨਰ ਜਨਰਲ ਦੇ ਰਹਿਮ ਤੇ ਛੱਡੇ ਜਾਣਗੇ। ਮੈਨੂੰ ਇਹ ਆਖਣ ਦਾ ਕੋਈ ਅਖਤਿਆਰ ਨਹੀਂ ਕਿ ਉਹਨਾਂ ਨੂੰ ਗੁਜ਼ਾਰੇ ਵਾਸਤੇ ਕੁਛ ਦਿੱਤਾ ਜਾਵੇਗਾ ਜਾਂ ਨਹੀਂ। ਦੀਵਾਨ ਦੀਨਾਨਾਥ, ਜੋ ਆਪਣੇ ਹਮਰਾਹੀ ਤੇਜ ਸਿੰਘ ਨਾਲੋਂ ਵਧੇਰੇ ਫਿਕਰਮੰਦ ਤੇ ਘੱਟ ਬੋਲਣ ਵਾਲਾ ਸੀ, ਨੇ ਸੁਲਾਹ ਦੀਆਂ ਕਰੜੀਆਂ ਸ਼ਰਤਾਂ ਦਾ ਵਿਰੋਧ ਕੀਤਾ, ਖਾਸ ਕਰ ਮਹਾਰਾਜੇ ਦੇ ਦੇਸ਼ ਨਿਕਾਲੇ ਬਾਰੇ। ਤੇ ਜਦ ਮੈਂ ਉਹਨੂੰ ਇਹ ਦੱਸਿਆ ਕਿ ਮਹਾਰਾਜੇ ਦੇ ਘਰਾਣੇ ਦੀਆਂ ਇਸਤਰੀਆਂ ਵੀ ਮਹਿਲ ਵਿੱਚੋਂ ਕੱਢੀਆਂ ਜਾਣਗੀਆਂ ਤਾਂ ਜੋ ਅੰਗਰੇਜ਼ਾਂ ਦਾ ਪੂਰਾ ਕਬਜ਼ਾ ਹੋ ਸਕੇ, ਤਾਂ ਉਸਨੇ ਇਸ ਗੱਲ ਦੀ ਬੜੀ ਵਿਰੋਧਤਾ ਕੀਤੀ ਤੇ ਕਿਹਾ ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਘਰਾਣੇ ਦੀ ਬੜੀ ਬਦਨਾਮੀ ਹੋਵੇਗੀ। ਇਸ ਤੋਂ ਪਿੱਛੋਂ ਇਸ ਗੱਲ ਤੇ ਬੜੀ ਬਹਿਸ ਹੋਈ ਕਿ ਮਹਾਰਾਜਾ ਦਲੀਪ ਸਿੰਘ ਨੂੰ ਲਾਹੌਰੋਂ ਕੱਢ ਕੇ ਕਿਹੜੀ ਥਾਂ ਰੱਖਿਆ ਜਾਵੇ। ਮੈਂ ਉਸਨੂੰ ਭਰੋਸਾ ਦਵਾਇਆ ਕਿ ਮਹਾਰਾਜੇ ਨੂੰ ਗੰਗਾ ਤੋਂ ਚੜ੍ਹਦੇ ਪਾਸੇ ਨਹੀਂ ਭੇਜਿਆ ਜਾਵੇਗਾ। ਦੀਵਾਨ ਦੀ ਇੱਛਾ ਹਰਿਦੁਆਰ ਰੱਖੇ ਜਾਣ ਦੀ ਸੀ। ਉਹ ਇਸ ਗੱਲ ਉੱਤੇ ਖੁਸ਼ ਹੋ ਗਏ ਕਿ ਮਹਾਰਾਜੇ ਨੂੰ 10,000 ਰੁਪਏ ਮਹਾਂਵਾਰ ਗੁਜ਼ਾਰਾ ਦਿੱਤਾ ਜਾਵੇਗਾ। ਬਾਕੀ ਸਾਰੀਆਂ ਗੱਲਾਂ ਮੁੱਕ ਜਾਣ ਪਿੱਛੋਂ ਉਹਨਾਂ ਆਪਣੀਆਂ ਜਾਗੀਰਾਂ ਬਾਬਤ ਪੁੱਛਿਆ। ਮੈਂ ਉਹਨਾਂ ਨੂੰ ਦੱਸਿਆ ਕਿ ਉਹਨਾਂ ਨੂੰ ਜਾਗੀਰਾਂ ਤੇ ਤਨਖਾਹਾਂ ਤੋਂ ਵਾਂਝਿਆਂ ਰੱਖਣ ਦਾ ਵਿਚਾਰ ਨਹੀਂ, ਪਰ ਇਸ ਬਦਲੇ ਤੁਹਾਨੂੰ ਬਿਨਾਂ ਕਿਸੇ ਨਾਂ ਨੁੱਕਰ ਦੇ ਸਰਕਾਰ ਅੰਗਰੇਜ਼ੀ ਨੂੰ ਹਰ ਤਰ੍ਹਾਂ ਦੀ ਸਲਾਹ ਦੇਣੀ ਪਵੇਗੀ ਤੇ ਹਰ ਤਰ੍ਹਾਂ ਦੀ ਮਦਦ ਕਰਨੀ ਪਵੇਗੀ। ਜੇ ਤੁਸੀਂ ਸਲਾਹ ਦੀਆਂ ਸ਼ਰਤਾਂ ਨਹੀਂ ਮੰਨੋਗੇ ਤਾਂ ਮੈਂ ਬਚਨ ਨਹੀਂ ਦੇ ਸਕਦਾ ਕਿ ਤੁਹਾਡੇ ਨਾਲ ਕੋਈ ਰਿਆਇਤ ਕੀਤੀ ਜਾਵੇਗੀ। ਦੀਵਾਨ ਦੀਨਾਨਾਥ ਨੇ ਪੁੱਛਿਆ ਕਿ ਜਾਗੀਰ ਉੱਤੇ ਸਾਡੀ ਸੰਤਾਨ ਦਾ ਵੀ ਹੱਕ ਰਹੇਗਾ ਜਾਂ ਨਹੀਂ। ਮੈਂ ਉੱਤਰ ਦਿੱਤਾ, ਕਿਉਂ ਨਹੀਂ, ਜਦੋਂ ਜਾਗੀਰ ਸਦਾ ਵਾਸਤੇ ਹੈ ਤਾਂ ਰਹੇਗਾ ਹੀ। ਇਸ ਦੀ ਪੜਤਾਲ ਵਾਸਤੇ ਅਫਸਰ ਲਾਏ ਜਾਣਗੇ ਤੇ ਇਹ ਮਾਮਲਾ ਉਹਨਾਂ ਦੇ ਫੈਸਲੇ ਤੇ ਛੱਡਿਆ ਜਾਵੇਗਾ। ਬਹੁਤ ਸਾਰੀਆਂ ਵਿਚਾਰਾਂ ਕਰਨ ਪਿੱਛੋਂ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਪੂਰੀ ਖੁੱਲ ਹੈ ਕਿ ਇਹ ਸ਼ਰਤਾਂ ਜੋ ਮੈਂ ਤੁਹਾਡੇ ਅੱਗੇ ਰੱਖੀਆਂ ਹਨ ਮੰਨੋ ਜਾਂ ਨਾ ਮੰਨੋ। ਨਾਲ ਹੀ ਮੈਂ ਉਹਨਾਂ ਨੂੰ ਆਪਣੇ ਪੱਕੇ ਇਰਾਦੇ ਬਾਬਤ ਯਕੀਨ ਕਰਾ ਦਿੱਤਾ ਕਿ ਮੈਂ ਆਪਣੇ ਕਹੇ ਤੋਂ ਝੁਕਾਂਗਾ ਨਹੀਂ। ਉਹਨਾਂ ਨੇ ਸੁਲਾਹ ਦੇ ਕਾਗਜ਼ ਉੱਤੇ ਦਸਤਖਤ ਕਰਨੇ ਮੰਨ ਲਏ ਤੇ ਅੰਤ ਕਰ ਦਿੱਤੇ, ਪਰ ਦੀਵਾਨ ਨੇ ਇਸ ਉੱਤੇ ਅਫਸੋਸ ਤੇ ਵਿਰੋਧਤਾ ਪ੍ਰਗਟ ਕੀਤੀ। ਇਸ ਤੋਂ ਪਿੱਛੋਂ ਲਾਹੌਰ ਵਿੱਚ ਹਾਜ਼ਰ ਬਾਕੀ ਦੇ ਦੋ ਮੈਂਬਰਾਂ ਫਕੀਰ ਨੂਰੂਦੀਨ ਤੇ ਭਾਈ ਧਿਆਨ ਸਿੰਘ ਨੂੰ ਬੁਲਾਇਆ। ਜੋ ਗੱਲਾਂ ਬਾਤਾਂ ਪਹਿਲਾਂ ਹੋਈਆਂ ਸਨ ਉਹਨਾਂ ਨੂੰ ਦੱਸੀਆਂ। ਉਹਨਾਂ ਵੀ ਪਹਿਲੇ ਮੈਂਬਰਾਂ ਦੇ ਪੂਰਨਿਆਂ ਤੇ ਚੱਲਣਾ ਮੰਨ ਲਿਆ। ਛੇਕੜ ਉਹਨਾਂ ਵੀ ਦਸਤਖਤ ਕਰ ਦਿੱਤੇ ਤੇ ਨਾਲ ਹੀ ਹੈਨਰੀ ਲਾਰੈਂਸ ਤੇ ਮੈਂ ਵੀ ਆਪਣੇ ਦਸਤਖਤ ਕਰ ਦਿੱਤੇ। ਇਹ ਵੀ ਫੈਸਲਾ ਹੋਇਆ ਕਿ ਅਗਲੇ ਦਿਨ 7 ਵਜੇ ਇੱਕ ਦਰਬਾਰ ਹੋਵੇ ਜਿਸ ਵਿੱਚ ਮਹਾਰਾਜੇ ਦੇ ਦਸਤਖਤ ਕਰਾਏ ਜਾਣ। ਅਗਲੇ ਦਿਨ 29 ਮਾਰਚ 1849 ਸਵੇਰੇ 7 ਵਜੇ ਦਰਬਾਰ ਲੱਗਾ ਤੇ ਮਹਾਰਾਜਾ ਦਲੀਪ ਸਿੰਘ ਅੰਤ ਦੀ ਵਾਰ ਆਪਣੇ ਪਿਤਾ ਦੇ ਸਿੰਘਾਸਨ ਉੱਤੇ ਬੈਠਾ। ਇਸ ਦਿਨ ਸਿੱਖ ਦਰਬਾਰ ਦੀ ਪਹਿਲਾਂ ਵਰਗੀ ਸ਼ਾਨ ਨਹੀਂ ਸੀ। ਸਭ ਦਰਬਾਰੀਆਂ ਦੇ ਚਿਹਰੇ ਉੱਤੇ ਉਦਾਸੀ ਛਾਈ ਹੋਈ ਸੀ। ਹਰ ਇੱਕ ਨੇ ਮਾਤਮੀ ਕੱਪੜੇ ਪਹਿਨੇ ਹੋਏ ਸਨ, ਜਿਵੇਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੂਰੇ ਤੇ ਇਕੱਠੇ ਹੋਏ ਹੋਣ। ਨਿਯਤ ਸਮੇਂ ਉੱਤੇ ਇਲੀਅਟ
रेजिडेंट हैनरी लारेंस ते होर अंग्रेज कर्मचारी सने बाडीगार्ड फौज दे आए। महाराजा दलीप सिंह दे बाकी सरदारा ने महल दे बाहरले फाटक ते पहुंच के उन्हां दा स्वागत किया। सारे दरबार विच पहुंचे तो दलीप सिंह तख्त ते बैठा, सज्जे हथ अंग्रेज अफसर ते फौज ते खब्बे हथ देसी सरदार बैठ गए। कोई सरदार हथियार पहन के जां कीमती कपड़े ते जड़ाऊ गहने पा के नहीं सी आया होया, सब थाओ थाई चुप चाप बैठ गए। इलियट ने गवर्नर जनरल दा ऐलान पढ़िया। ऐलान कई साल जदों महाराजा रणजीत सिंह दी चतराई दा पंजाब दे लोकां ते राज सी, मित्रता ते अमन अंग्रेजां ते सिखां विच कायम रहा। सरकार अंग्रेजी रणजीत सिंह दे वारसां नाल ओहदे वर्गी ही मित्रता कायम रखना चाहुंदी सी, पर सिख सरदारां ते फौज ने महाराजा रणजीत सिंह दी नीति नूं भुला के ओहदी पक्की कीती होई मित्रता नूं तोड़ के अचनचेत हद टप के बिना किसी सबब अंग्रेजा नाल लड़ाई छेड़ दिती। अंग्रेजी फौज ने उन्हां दा टाकरा किया, वह चार वार हारे, बड़ी दुर्दशा नाल सतलुजों दूजे पासे धक्क दिते गए ते लाहौर दियां कंधां तक उन्हां दा पिछा किया गया। महाराजा दलीप सिंह अपने वलों ते अपने सरदारां वलों सरकार अंग्रेजी दे सामने झुक गया ते अधीनगी मन्नी ते सरकार अंग्रेजी पास रहम दी दरखास्त कीती। इस जित नाल अंग्रेजी सरकार नूं पूरा अधिकार सी कि ओह सिख सरकार नूं उल्ट देवे जिस कोलों उहनूं इन्ना नुकसान पुज्जा, पर इस जित दे समें उहने अपने ऐलाना दी सच्चाई ते खिमा करन दे गुण दा सबूत दिता। लाहौर दी बादशाही कायम रहण दित्ती गई, महाराजा दलीप सिंह फिर तख्त ते बिठा दिता गया ते दोहां सरकारां विच मित्रता दी सुलाह होई। इह सुलाह दीआं शर्तां कित्थों तक निभाईआं गईआं? सरकार अंग्रेजी ने किता होया हर एक इकरार बड़ी दयानतदारी नाल पूरा किता ते अपने सारे फर्ज तोड़ निभाए हन। इने महाराजे दी सेवा विच अपनी फौज दित्ती ते औखे वेले अपने खजाने नाल उसकी सहायता कीती। पंजाब दे रस्मो रिवाज विच दखल नहीं दिता, कौंसल नूं सलाह दे के फौज दी हालत चंगी कीती। महाराजे दे हर तबके दे लोकां दी हालत सुधारी, हर एक इकरार नूं चंगी तरह पूरा किया ते किसे ऐसे काम विच हथ नहीं पाया जिस विच दखल ना देण दा इकरार होवे। इस दे उल्ट सुलाह दा कोई अजिहा वड्डा हिस्सा नहीं जिस नूं सिख सरकार ते सिखां ने नहीं तोड़िया। उन्हां ने 22 लाख रुपए सालाना खर्च वजो देने किते सन ते उन्हां दा कोई हिस्सा अजे तक नहीं दिता गया। सरकार लाहौर सिर कर्जा 50 लाख तो वध गया है ते इस जंग दे खर्च नाल करोड़ा होर वध गया है। जिहड़े अधिकार सरदारां ने आप बुला के सरकार अंग्रेजी नूं दित्ते सन ते जिन्हां अधिकारां नूं मन्नण दा इकरार किया सी ओह सारे बल नाल रद्द किते गए। अमन ते मित्रता जिस दा सुलाह विच इकरार सी इक पासे सुट्टे गए हन। अंग्रेज अफसर अपना काम करदे होए इस्त्रियां ते बच्चियां दे सने धोखे नाल कैद किते गए। होर अंग्रेज अफसर जदों महाराजे दे लाभ हित काम कर रहे सन महाराजे दे नौकरां हत्थों मारे गए, महाराजे दी फौज दे छड जाण पिछों। इन्हां कम्मां तों लाहौर सरकार ने ना तां अपराधियां नूं कोई सज़ा दित्ती ते ना ही कोई बदला अदा किता। उसने अपनी परजा नूं काबू रखण तों असमर्था प्रगट कीती है। उसने अंग्रेज रेजिडेंट नूं साफ दस दिता कि उस दी फौज हुक्म नहीं मानदी ते ओह सरदार दे विरुद्ध जिसने अंग्रेजी सरकार दे विरुद्ध यह अपराध किया कोई कार्रवाई नहीं करेगी। फौज ने हुक्म मनन तो निरा इनकार ही नहीं किया सगो सारे थाई अंग्रेजा दे विरुद्ध हथियार चुक ले। सारी सिख वसों इस दुश्मनी विच जुट पई, वड्डे वड्डे सरदार आगू बने जिन्हां ने सुलाह ते दस्खत किते सन ओह सब तो अगे दसते सन ते इन्हां दा सेनापति रिजेंसी कौंसल दा मैंबर सी। उन्हें यह ऐलान किया कि उन्हों का मतलब अंग्रेजी ताकत ते अंग्रेजा नूं मुकाउणा है ते इस काम वास्ते उन्हें बड़े जोश नाल यतन किया, मगर सरकार अंग्रेजी ने अपनी पूरी ताकत खर्च की है। सिख फौज नूं पूरी तरह हरा दिता गया है, तोपखाना खो लिया है ते उन्हों के बुलाए हुए मददगार बेइज्जत करके पंजाबों कढ़े गए हैं। सिख सरदारा ने अपने आप नूं हवाले कर दिता है, उन्हों तो हथियार खो लए गए हैं। अंग्रेजी फौज ने पंजाब उत्ते कब्जा कर लिया है।
ਸਰਕਾਰ ਅੰਗਰੇਜ਼ੀ ਨੇ ਕਈ ਵਾਰ ਇਹ ਗੱਲ ਦੁਹਰਾਈ ਕਿ ਉਹ ਹੋਰ ਦੇਸ਼ ਫਤਿਹ ਕਰਨਾ ਨਹੀਂ ਚਾਹੁੰਦੀ ਤੇ ਆਪਣੇ ਕੰਮਾਂ ਨਾਲ ਮਹਾਰਾਜੇ ਨੂੰ ਆਪਣੇ ਐਲਾਨਾਂ ਦੀ ਸੱਚਾਈ ਦਾ ਸਬੂਤ ਵੀ ਦਿੱਤਾ। ਸਰਕਾਰ ਅੰਗਰੇਜ਼ੀ ਹੁਣ ਕੋਈ ਨਵਾਂ ਇਲਾਕਾ ਜਿੱਤਣਾ ਨਹੀਂ ਚਾਹੁੰਦੀ, ਪਰ ਜਦੋਂ ਇੱਕ ਬੜੇ ਖਰਚੇ ਵਾਲੀ ਤੇ ਬੇਵਜ੍ਹਾ ਲੜਾਈ ਲੜਨੀ ਪੈ ਗਈ ਹੈ ਤਾਂ ਸਰਕਾਰ ਅੰਗਰੇਜ਼ੀ ਮਜਬੂਰ ਹੈ ਕਿ ਉਹ ਆਉਣ ਵਾਲੇ ਸਮੇਂ ਤੇ ਆਪਣੀ ਪਰਜਾ ਦੇ ਲਾਭ ਦਾ ਧਿਆਨ ਰੱਖੇ। ਸਜ਼ਾ ਤੇ ਲਾਭ ਦੋਵੇਂ ਸਿੱਖਾਂ ਦੇ ਦਿਲਾਂ ਚੋਂ ਵਿਰੋਧਤਾ ਕੱਢਣ ਤੋਂ ਅਸਮਰਥ ਰਹੇ ਹਨ। ਇਸ ਲਈ ਗਵਰਨਰ ਜਨਰਲ ਨੇ ਫੈਸਲਾ ਕੀਤਾ ਹੈ ਕਿ ਇਸ ਕੌਮਾਂਤਰੀ ਅਤਿਆਚਾਰ ਤੇ ਸਜ਼ਾ ਦੀ ਲੜਾਈ ਨੂੰ ਬੰਦ ਕਰਨ ਲਈ ਪੰਜਾਬ ਵਿੱਚ ਅੰਗਰੇਜ਼ੀ ਰਾਜ ਕਾਇਮ ਕੀਤਾ ਜਾਵੇ ਤੇ ਉਸ ਸਿੱਖ ਕੌਮ ਨੂੰ ਜਿਸ ਨੂੰ ਉਹਦੇ ਆਪਣੇ ਹਾਕਮ ਕਾਬੂ ਰੱਖਣ ਤੋਂ ਅਸਮਰਥ ਰਹੇ ਹਨ ਅਧੀਨ ਕੀਤਾ ਜਾਏ, ਕਿਉਂਕਿ ਪਿਛਲੀਆਂ ਘਟਨਾਵਾਂ ਦੱਸਦੀਆਂ ਹਨ ਕਿ ਜਿੰਨਾ ਚਿਰ ਉਹਨਾਂ ਕੋਲ ਸੁਤੰਤਰ ਰਾਜ ਰਹੇਗਾ ਉਹ ਲੜਾਈ ਤੋਂ ਨਹੀਂ ਉੱਕਣਗੇ। ਗਵਰਨਰ ਜਨਰਲ ਨੂੰ ਇਸ ਗੱਲ ਦਾ ਅਫਸੋਸ ਹੈ ਕਿ ਉਹ ਮਹਾਰਾਜਾ ਰਣਜੀਤ ਸਿੰਘ ਦੇ ਵਾਰਸ ਦਲੀਪ ਸਿੰਘ ਨੂੰ, ਜਦੋਂ ਕਿ ਉਹ ਅਜੇ ਬਾਲਕ ਹੈ, ਮਜਬੂਰਨ ਤਖਤੋਂ ਲਾ ਰਿਹਾ ਹੈ। ਮਗਰ ਹਰ ਰਿਆਸਤ ਦਾ ਮਾਲਕ ਉਹਨਾਂ ਲੋਕਾਂ ਦੇ ਕੰਮਾਂ ਦਾ ਜ਼ਿੰਮੇਵਾਰ ਹੈ ਜਿਨ੍ਹਾਂ ਉੱਤੇ ਉਹ ਰਾਜ ਕਰਦਾ ਹੈ ਤੇ ਉਹਦੇ ਉੱਤੇ ਉਹਨਾਂ ਕੰਮਾਂ ਦਾ ਅਸਰ ਪੈਂਦਾ ਹੈ। ਜਿਵੇਂ ਮਹਾਰਾਜਾ ਪਹਿਲੀ ਜੰਗ ਵਿੱਚ ਉਸ ਬੇਕਾਨੂੰਨੀ ਸ਼ਕਤੀ ਦਾ ਜ਼ਿੰਮੇਵਾਰ ਬਣਾਇਆ ਗਿਆ ਜੋ ਉਹਦੀ ਪਰਜਾ ਨੇ, ਜਿਸ ਨੂੰ ਉਹਦੀ ਹਕੂਮਤ ਕਾਬੂ ਨਹੀਂ ਸੀ ਰੱਖ ਸਕੀ, ਕੀਤੀ ਸੀ ਤੇ ਸਭ ਤੋਂ ਚੰਗੇ ਸੂਬੇ ਉਸ ਤੋਂ ਡੰਨ ਵਿੱਚ ਲਏ ਗਏ ਸਨ। ਸੋ ਹੁਣ ਵੀ ਉਹਨੂੰ ਉਹਨਾਂ ਅਪਰਾਧਾਂ ਦਾ ਫਲ ਭੋਗਣਾ ਪਵੇਗਾ ਜੋ ਉਹਨਾਂ ਨੇ ਕੌਮੀ ਨੁਕਸਾਨ ਕਰਕੇ ਸਹੇੜਿਆ ਹੈ। ਜਦ ਫੌਜ ਤੇ ਬਹੁਤ ਸਾਰੇ ਸਿੱਖਾਂ ਦੇ ਭਿਆਨਕ ਜੰਗ ਸ਼ੁਰੂ ਕਰਨ ਤੋਂ ਗਵਰਨਰ ਜਨਰਲ ਨੂੰ ਯਕੀਨ ਹੋ ਗਿਆ ਹੈ ਕਿ ਪੰਜਾਬ ਵਿੱਚ ਸਿੱਖ ਰਾਜ ਦਾ ਕਾਇਮ ਰਹਿਣਾ ਅੰਗਰੇਜ਼ੀ ਇਲਾਕੇ ਦੇ ਸੁੱਖ ਲਈ ਹਾਨੀਕਾਰਕ ਹੈ, ਤਾਂ ਹੁਣ ਗਵਰਨਰ ਜਨਰਲ ਨਿਰਾ ਮਹਾਰਾਜੇ ਉੱਤੇ ਤਰਸ ਕਰਕੇ ਉਹਨਾਂ ਤਰੀਕਿਆਂ ਦੀ ਵਰਤੋਂ ਕਰਨ ਤੋਂ ਨਹੀਂ ਰੁਕ ਸਕਦਾ ਜਿਨ੍ਹਾਂ ਨਾਲ ਪੱਕਾ ਅਮਨ ਕਾਇਮ ਹੋ ਸਕੇ ਤੇ ਅੰਗਰੇਜ਼ੀ ਪਰਜਾ ਦਾ ਭਲਾ ਹੋਵੇ। ਇਲੀਅਟ ਬੈਠ ਗਿਆ ਤਾਂ ਇੱਕ ਮੌਲਵੀ ਨੇ ਇਹਦਾ ਅਰਥ ਫਾਰਸੀ ਵਿੱਚ ਸੁਣਾਇਆ, ਫਿਰ ਉਸਦਾ ਭਾਵ ਹਿੰਦੁਸਤਾਨੀ ਵਿੱਚ ਸੁਣਾਇਆ ਗਿਆ। ਸੁਲਾਹ ਦੀਆਂ ਸ਼ਰਤਾਂ ਪੜੀਆਂ ਗਈਆਂ, ਸਭ ਦਰਬਾਰੀ ਚੁੱਪ ਚਾਪ ਹੋ ਗਏ। ਇੱਕ ਦੀਵਾਨ ਦੀਨਾਨਾਥ ਉੱਠਿਆ, ਉਸ ਦੀਆਂ ਅੱਖਾਂ ਵਿੱਚੋਂ ਹੰਝੂ ਕਿਰ ਰਹੇ ਸਨ। ਉਹਨੇ ਸੁਲਾਹ ਦੀਆਂ ਸ਼ਰਤਾਂ ਦਾ ਵਿਰੋਧ ਕੀਤਾ ਤੇ ਕਿਹਾ, ਇਸ ਸਮੇਂ ਅੰਗਰੇਜ਼ੀ ਸਰਕਾਰ ਨੂੰ ਬਾਲਕ ਮਹਾਰਾਜੇ ਤੇ ਰਹਿਮ ਕਰਨਾ ਚਾਹੀਦਾ ਹੈ ਤੇ ਕੁਛ ਉਦਾਰਤਾ ਦਾ ਸਬੂਤ ਦੇਣਾ ਚਾਹੀਦਾ ਹੈ। ਇਲੀਅਟ ਨੇ ਖਰਵੀ ਬੋਲੀ ਵਿੱਚ ਉੱਤਰ ਦਿੱਤਾ, ਹੁਣ ਰਹਿਮ ਤੇ ਉਦਾਰਤਾ ਦਾ ਸਮਾਂ ਬੀਤ ਗਿਆ ਹੈ। ਦੀਨਾਨਾਥ ਨੇ ਫਿਰ ਕਿਹਾ, ਜਦ ਬੋਨਾਪਾਰਟ ਦੇ ਹਾਰ ਜਾਣ ਉੱਤੇ ਫਰਾਂਸ, ਜਿਸ ਦੀ ਆਮਦਨ 30 ਕਰੋੜ ਰੁਪਏ ਸਾਲਾਨਾ ਸੀ, ਉਸਦੇ ਅਸਲੀ ਮਾਲਕਾਂ ਨੂੰ ਸੌਂਪ ਦਿੱਤਾ ਗਿਆ ਸੀ ਤਾਂ ਅੰਗਰੇਜ਼ੀ ਸਰਕਾਰ ਦੇ ਤਰਸ ਅੱਗੇ ਕੋਈ ਵੱਡੀ ਗੱਲ ਨਹੀਂ ਜੇ ਪੰਜਾਬ, ਜਿਸ ਦੀ ਆਮਦਨ 3 ਕਰੋੜ ਸਾਲਾਨਾ ਹੈ, ਮਹਾਰਾਜਾ ਦਲੀਪ ਸਿੰਘ ਨੂੰ ਦੇ ਦਿੱਤਾ ਜਾਵੇ। ਇਹ ਸੁਣ ਕੇ ਇਲੀਅਟ ਨੇ ਕੜਕ ਕੇ ਕਿਹਾ, ਚੁੱਪ ਰਹੋ ਨਹੀਂ ਤਾਂ ਕਾਲੇ ਪਾਣੀ ਭੇਜੇ ਜਾਓਗੇ। ਇਹ ਝਾੜ ਸੁਣ ਕੇ ਦੀਨਾਨਾਥ ਬੈਠ ਗਿਆ ਤੇ ਮੁੜ ਕੇ ਕੋਈ ਨਾ ਕੁਸ ਗਿਆ। ਰਾਜਾ ਤੇਜ ਸਿੰਘ ਨੇ ਸੁਲਾਨਾਮੇ ਦਾ ਕਾਗਜ਼ ਮਹਾਰਾਜਾ ਦਲੀਪ ਸਿੰਘ ਅੱਗੇ ਕੀਤਾ ਤਾਂ ਉਸਨੇ ਛੇਤੀ ਨਾਲ ਫੜ ਕੇ ਉੱਪਰ ਦਸਤਖਤ ਕਰ ਦਿੱਤੇ। ਜਿਸ ਫੁਰਤੀ ਨਾਲ ਉਸਨੇ ਦਸਤਖਤ ਕੀਤੇ ਮਾਲੂਮ ਹੁੰਦਾ ਹੈ ਕਿ ਉਸਨੂੰ ਸਿਖਾਇਆ ਗਿਆ ਸੀ ਕਿ ਉਸਨੇ ਢਿੱਲ ਕੀਤੀ ਤਾਂ ਚੰਗਾ ਨਹੀਂ ਹੋਵੇਗਾ, ਤੇ ਇਹ ਵੀ ਪ੍ਰਗਟ ਹੁੰਦਾ ਹੈ ਕਿ ਬਾਲ ਹੋਣ ਦੇ ਕਾਰਨ ਉਹਨੂੰ ਇਹ ਗਿਆਨ ਨਹੀਂ ਸੀ ਕਿ ਉਹ ਬਾਦਸ਼ਾਹੀ ਤੋਂ ਹਟਾ ਕੇ ਧੂੰਏ ਦਾ ਫਕੀਰ ਬਣਾਇਆ ਜਾ ਰਿਹਾ ਹੈ। ਇਸ ਤੋਂ ਪਿੱਛੋਂ ਹੋਰ ਸਰਦਾਰਾਂ ਦੇ ਵੀ ਦਸਤਖਤ ਕਰਾਏ ਗਏ। ਸੁਲਾਹਨਾਮਾ ਇਹ ਹੈ। ਲਾਹੌਰ ਨਾਲ ਆਖਰੀ ਸੁਲਾਹ, ਲਾਹੌਰ 29 ਮਾਰਚ 1849। ਸ਼ਰਤਾਂ ਜਿਹੜੀਆਂ ਮਹਾਰਾਜਾ ਦਲੀਪ ਸਿੰਘ ਬਹਾਦਰ ਨੂੰ ਈਸਟ ਇੰਡੀਆ ਕੰਪਨੀ ਨੇ ਹੱਥੀ ਹੈਨਰੀ ਮੀਅਰਸ ਇਲੀਅਟ, ਸਰਕਾਰ ਹਿੰਦ ਦਾ ਪਰਦੇਸੀ ਸਕੱਤਰ, ਤੇ ਸਰ ਹੈਨਰੀ ਰੈਜ਼ੀਡੈਂਟ ਨੇ ਉਹਨਾਂ ਅਖਤਿਆਰਾਂ ਅਨੁਸਾਰ ਜੋ ਉਹਨਾਂ ਨੂੰ ਲਾਰਡ ਡਲਹੋਜ਼ੀ, ਗਵਰਨਰ ਜਨਰਲ ਜਿਸ ਨੂੰ ਈਸਟ ਇੰਡੀਆ ਕੰਪਨੀ ਨੇ ਆਪਣੇ ਕੰਮ ਕਾਜ ਚਲਾਉਣ ਤੇ ਸੁਲਝਾਉਣ ਵਾਸਤੇ ਨਿਯਤ ਕੀਤਾ ਹੈ, ਨੇ ਦਿੱਤੇ ਹਨ ਦਿੱਤੀਆਂ ਤੇ ਮਹਾਰਾਜਾ ਵੱਲੋਂ ਤੇਜ ਸਿੰਘ, ਰਾਜਾ ਦੀਨਾਨਾਥ, ਭਾਈ ਨਿਧਾਨ ਸਿੰਘ, ਨੂਰੂਦੀਨ, ਗੁੱਦੜ ਸਿੰਘ, ਸ਼ਮਸ਼ੇਰ ਸਿੰਘ ਸੰਧਾਵਾਲੀਏ, ਸਰਦਾਰ ਲਾਲ ਸਿੰਘ ਤੇ ਪੁੱਤਰ ਅਤਰ ਸਿੰਘ ਕਾਲਿਆਂ ਵਾਲੇ ਦਾ ਕੌਂਸਲ ਦੇ ਮੈਂਬਰਾਂ
ਜਿਨ੍ਹਾਂ ਨੂੰ ਮਹਾਰਾਜੇ ਵੱਲੋਂ ਪੂਰੇ ਅਖਤਿਆਰ ਦਿੱਤੇ ਗਏ ਸਨ ਨੇ ਮਨਜ਼ੂਰ ਕੀਤੀਆਂ। ਪਹਿਲੀ, ਮਹਾਰਾਜਾ ਦਲੀਪ ਸਿੰਘ ਆਪਣੇ ਵੱਲੋਂ, ਆਪਣੇ ਵਾਰਸਾਂ ਵੱਲੋਂ ਤੇ ਆਪਣੇ ਉੱਤਰ ਅਧਿਕਾਰੀਆਂ ਵੱਲੋਂ ਪੰਜਾਬ ਰਾਜ ਦੇ ਹੱਕਾਂ ਤੇ ਦਾਅਵਿਆਂ ਨੂੰ ਤਿਆਗਦਾ ਹੈ। ਦੂਜੀ, ਲਾਹੌਰ ਦਰਬਾਰ ਜੋ ਸਰਕਾਰ ਅੰਗਰੇਜ਼ੀ ਦਾ ਕਰਜ਼ਾ ਹੈ ਉਸ ਬਦਲੇ ਤੇ ਇਸ ਲੜਾਈ ਦੇ ਖਰਚਾ ਬਦਲੇ ਲਾਹੌਰ ਰਿਆਸਤ ਦੀ ਹਰ ਤਰ੍ਹਾਂ ਦੀ ਜਾਇਦਾਦ ਜਿੱਥੇ ਵੀ ਹੋਵੇ ਸਰਕਾਰ ਅੰਗਰੇਜ਼ੀ ਜ਼ਬਤ ਕਰ ਲਵੇਗੀ। ਤੀਜੀ, ਕੋਹਿਨੂਰ ਹੀਰਾ ਜੋ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹ ਸੁਜਾ ਕੋਲੋਂ ਲਿਆ ਸੀ, ਲਾਹੌਰ ਦਾ ਮਹਾਰਾਜਾ ਇੰਗਲੈਂਡ ਦੀ ਮਲਕਾ ਦੀ ਭੇਟ ਕਰੇਗਾ। ਚੌਥੀ, ਮਹਾਰਾਜਾ ਦਲੀਪ ਸਿੰਘ ਆਪਣੀ ਆਪਣੇ ਸਬੰਧੀਆਂ ਦੀ ਤੇ ਰਿਆਸਤ ਦੇ ਨੌਕਰਾਂ ਦੀ ਸਹਾਇਤਾ ਲਈ ਈਸਟ ਇੰਡੀਆ ਕੰਪਨੀ ਪਾਸੋਂ ਇੱਕ ਰਕਮ ਲਵੇਗਾ ਜੋ ਕੰਪਨੀ ਦੇ ਰੁਪਏ 4 ਲੱਖ ਤੋਂ ਘੱਟ ਤੇ 5 ਲੱਖ ਤੋਂ ਵੱਧ ਨਹੀਂ ਹੋਵੇਗੀ। ਪੰਜਵੀਂ, ਮਹਾਰਾਜੇ ਦੀ ਇੱਜ਼ਤ ਤੇ ਸਨਮਾਨ ਕਾਇਮ ਰੱਖਿਆ ਜਾਵੇਗਾ, ਉਹ ਮਹਾਰਾਜਾ ਦਲੀਪ ਸਿੰਘ ਬਹਾਦਰ ਦਾ ਖਿਤਾਬ ਰੱਖੇਗਾ ਤੇ ਉਹ ਆਪਣੀ ਉਮਰ ਭਰ ਉੱਪਰ ਦੱਸੀ ਪੈਨਸ਼ਨ ਦਾ ਉਹਨਾਂ ਹਿੱਸਾ ਲਿਆ ਕਰੇਗਾ ਜੋ ਉਸਨੂੰ ਜਾਤੀ ਤੌਰ ਤੇ ਦਿੱਤਾ ਜਾਵੇਗਾ। ਪਰ ਜੇ ਉਹ ਅੰਗਰੇਜ਼ਾਂ ਦਾ ਤਾਬਿਆਦਾਰ ਰਹੇਗਾ ਤੇ ਉੱਥੇ ਰਿਆਇਤ ਰੱਖੇਗਾ ਜਿੱਥੇ ਗਵਰਨਰ ਜਨਰਲ ਉਸ ਲਈ ਥਾਂ ਤਜਵੀਜ਼ ਕਰੇਗਾ। ਇਹ ਸ਼ਰਤਾਂ ਲਾਹੌਰ ਵਿੱਚ 29 ਮਾਰਚ 1849 ਨੂੰ ਪੇਸ਼ ਹੋ ਕੇ ਮਨਜ਼ੂਰ ਹੋਈਆਂ ਤੇ 5 ਅਪ੍ਰੈਲ 1849 ਨੂੰ ਗਵਰਨਰ ਜਨਰਲ ਨੇ ਪ੍ਰਵਾਨ ਕੀਤੀਆਂ। ਇਹਨਾਂ ਨੇ ਇਸ ਉੱਤੇ ਦਸਤਖਤ ਕੀਤੇ ਡਲਹੌਜ਼ੀ, ਇਲੀਅਟ, ਲਾਰੈਂਸ, ਮਹਾਰਾਜਾ ਦਲੀਪ ਸਿੰਘ, ਰਾਜਾ ਤੇਜ ਸਿੰਘ, ਰਾਜਾ ਦੀਨਾਨਾਥ, ਭਾਈ ਨਿਦਾਨ ਸਿੰਘ, ਫਕੀਰ ਨੂਰੂਦੀਨ, ਗੁੱਦੜ ਸਿੰਘ ਤੇ ਸਰਦਾਰ ਲਾਲ ਸਿੰਘ। ਸੁਲਾਹ ਹੋ ਗਈ, ਪੰਜਾਬ ਅੰਗਰੇਜ਼ੀ ਰਾਜ ਵਿੱਚ ਮਿਲਾ ਲਿਆ ਗਿਆ। ਕਿਲ੍ਹੇ ਉੱਤੇ ਅੰਗਰੇਜ਼ੀ ਝੰਡਾ ਚਲਾ ਦਿੱਤਾ ਤੇ ਸਿੱਖਾਂ ਦਾ ਝੰਡਾ ਸਦਾ ਵਾਸਤੇ ਉਸਦੇ ਅੱਗੇ ਨਿਉਂ ਗਿਆ। ਡਲਹੌਜ਼ੀ ਦੀ ਮਨ ਦੀ ਮੁਰਾਦ ਪੂਰੀ ਹੋ ਗਈ। ਵਿਚਾਰ, ਆਓ ਹੁਣ ਇਸ ਗੱਲ ਤੇ ਵਿਚਾਰ ਕਰੀਏ ਕਿ ਲਾਰਡ ਡਲਹੌਜ਼ੀ ਨੇ ਜੋ ਦੋਸ਼ ਲਾਏ ਹਨ ਉਹਨਾਂ ਵਿੱਚੋਂ ਕਿੱਥੋਂ ਤੱਕ ਸੱਚਾਈ ਹੈ। ਲਾਰਡ ਡਲਹੌਜ਼ੀ ਦਾ ਆਖਰੀ ਐਲਾਨ ਇੱਕ ਵਾਰ ਫਿਰ ਪੜ੍ਹੋ। ਮੈਂ ਉਸਦੀ ਇੱਕ ਗੱਲ ਦਾ ਉੱਤਰ ਦਿੰਦਾ ਹਾਂ ਜੋ ਪੁਰਾਣੇ ਇਤਿਹਾਸਾਂ ਜਾਂ ਸਰਕਾਰੀ ਕਾਗਜ਼ਾਂ ਅਨੁਸਾਰ ਹੈ। ਸਤਲੁਜ ਯੁੱਧ ਬਾਰੇ ਲਾਰਡ ਡਲਹੌਜ਼ੀ ਲਿਖਦਾ ਹੈ, ਸਿੱਖਾਂ ਨੇ ਪੁਰਾਣੀ ਸੁਲਾਹ ਤੋੜ ਕੇ ਹੱਦ ਟੱਪ ਕੇ ਬਿਨਾਂ ਕਿਸੇ ਸਬੱਬ ਅੰਗਰੇਜ਼ਾਂ ਨਾਲ ਲੜਾਈ ਛੇੜ ਦਿੱਤੀ ਜਿਸ ਵਿੱਚ ਸਿੱਖ ਬੁਰੀ ਤਰ੍ਹਾਂ ਹਾਰੇ। ਇਸ ਗੱਲ ਦੇ ਉੱਤਰ ਵਾਸਤੇ ਇਸੇ ਕਿਤਾਬ ਦਾ 3ਵਾਂ ਕਾਂਡ ਫੇਰ ਪੜ੍ਹੋ ਤੇ ਆਪ ਹੀ ਫੈਸਲਾ ਕਰ ਦਿਓ ਕਿ ਕੀ ਪਹਿਲੀ ਸੁਲਾਹ ਸਿੱਖਾਂ ਨੇ ਤੋੜੀ ਸੀ, ਸਿੱਖ ਬਿਨਾਂ ਸਬੱਬ ਲੜੇ ਸਨ, ਅੰਗਰੇਜ਼ਾਂ ਨੇ ਬਲ ਨਾਲ ਸਿੱਖਾਂ ਨੂੰ ਜਿੱਤਿਆ ਸੀ, ਤਾਂ ਅੰਗਰੇਜ਼ ਵਿਦਵਾਨਾਂ ਕੋਲੋਂ ਵੀ ਤੁਹਾਨੂੰ ਉੱਤਰ ਮਿਲੇਗਾ ਨਹੀਂ। ਡਲਹੌਜ਼ੀ ਲਿਖਦਾ ਹੈ, ਅੰਗਰੇਜ਼ੀ ਸਰਕਾਰ ਨੂੰ ਹੱਕ ਸੀ ਕਿ ਉਹ ਪੰਜਾਬ ਨੂੰ ਜ਼ਬਤ ਕਰ ਲੈਂਦੀ, ਪਰ ਉਸਨੇ ਖਿਮਾ ਕਰ ਦਿੱਤਾ ਤੇ ਪੰਜਾਬ ਜ਼ਬਤ ਨਾ ਕੀਤਾ। ਇਸ ਗੱਲ ਦਾ ਉੱਤਰ ਵੀ 3ਵੇਂ ਕਾਂਡ ਵਿੱਚ ਆ ਚੁੱਕਾ ਹੈ ਕਿ ਅੰਗਰੇਜ਼ਾਂ ਨੇ ਉਦੋਂ ਪੰਜਾਬ ਜ਼ਬਤ ਕਿਉਂ ਨਾ ਕੀਤਾ, ਭਾਵ ਉਦੋਂ ਲਾਰਡ ਹਾਰਡਿੰਗ ਕੋਲ ਇੰਨਾ ਬਲ ਤੇ ਵਸੀਲੇ ਨਹੀਂ ਸਨ ਕਿ ਉਹ ਪੰਜਾਬ ਨੂੰ ਜ਼ਬਤ ਕਰ ਸਕਦਾ। ਅੱਗੇ ਭਰੋਵਾਲ ਦੀ ਸੁਲਾਹ ਤੋਂ ਪਿੱਛੋਂ ਦਾ ਜ਼ਿਕਰ ਆਉਂਦਾ ਹੈ। ਡਲਹੌਜ਼ੀ ਲਿਖਦਾ ਹੈ, ਸਰਕਾਰ ਅੰਗਰੇਜ਼ੀ ਨੇ ਸਾਰੇ ਇਕਰਾਰ ਪੂਰੇ ਕੀਤੇ ਤੇ ਫਰਜ਼ ਨਿਭਾਏ। ਕਿਹੜੇ ਇਕਰਾਰ ਪੂਰੇ ਕੀਤੇ? ਸਭ ਤੋਂ ਵੱਡਾ ਇਕਰਾਰ ਪੰਜਾਬ ਵਿੱਚ ਅਮਨ ਕਾਇਮ ਰੱਖਣ ਦਾ ਸੀ। ਸੋ ਮੁਲਤਾਨ ਦੀ ਬਗਾਵਤ ਨੂੰ ਛੇਤੀ ਨਾ ਦਬਾ ਕੇ ਡਲਹੌਜ਼ੀ ਇਸ ਇਕਰਾਰ ਵੱਲੋਂ ਝੂਠਾ ਪਿਆ। ਇਸ ਬਾਰੇ ਅਸੀਂ ਪਿੱਛੇ ਬਹੁਤ ਕੁਝ ਲਿਖਾਏ ਹਾਂ। ਡਲਹੌਜ਼ੀ, ਸੁਲਾਹ ਦਾ ਕੋਈ ਅਜਿਹਾ ਵੱਡਾ ਹਿੱਸਾ ਨਹੀਂ ਜੋ ਸਿੱਖ ਸਰਕਾਰ ਤੇ ਸਿੱਖਾਂ ਨੇ ਨਾ ਤੋੜਿਆ ਹੋਵੇ। ਸਿੱਖ ਸਰਕਾਰ ਦੇ ਜ਼ਿੰਮੇ 2 ਹੀ ਵੱਡੀਆਂ ਸ਼ਰਤਾਂ ਸਨ, ਖਰਚ ਵਜੋਂ 22 ਲੱਖ ਰੁਪਏ ਸਾਲਾਨਾ ਦੇਣੇ ਤੇ ਅੰਗਰੇਜ਼ੀ ਰੈਜ਼ੀਡੈਂਟ ਦਾ ਹੁਕਮ ਮੰਨਣਾ। ਇਹਨਾਂ ਦੋਹਾਂ ਸ਼ਰਤਾਂ ਬਾਰੇ ਅੱਗੇ ਵੱਖੋ ਵੱਖ ਲਿਖਿਆ ਹੈ। ਡਲਹੌਜ਼ੀ, 22 ਲੱਖ ਰੁਪਏ ਸਾਲਾਨਾ ਜੋ ਦੇਣੇ ਕੀਤੇ ਸਨ ਉਹਨਾਂ ਵਿੱਚੋਂ ਅਜੇ ਤੱਕ ਕੁਛ ਨਹੀਂ ਦਿੱਤਾ ਗਿਆ, ਸੋ ਲਾਹੌਰ ਸਰਕਾਰ ਸਿਰ ਕਰਜ਼ 50 ਲੱਖ ਤੋਂ ਵੱਧ ਗਿਆ ਹੈ। ਇਹ ਦੋਸ਼ ਵੀ ਸਾਬਤ ਨਹੀਂ ਹੋ ਸਕਦਾ ਕਿਉਂਕਿ ਰੈਜ਼ੀਡੈਂਟ 23 ਫਰਵਰੀ 1848 ਨੂੰ ਗਵਰਨਰ ਜਨਰਲ ਨੂੰ ਲਿਖਦਾ ਹੈ, ਦਰਬਾਰ ਦੇ ਖਜ਼ਾਨੇ ਵਿੱਚੋਂ 13,56,837 ਰੁਪਏ ਦਾ ਸੋਨਾ ਦਿੱਤਾ ਹੈ।
ਇਹ ਰਕਮ ਅਦਾ ਕਰਨ ਨਾਲ ਦਰਬਾਰ ਦੇ ਸਿਰ ਕਰਜ਼ਾ ਜੋ ਅੰਗਰੇਜ਼ੀ ਸਰਕਾਰ ਨੇ 40 ਲੱਖ ਤੋਂ ਵਧੇਰੇ ਲੈਣਾ ਸੀ ਹੁਣ 27 ਲੱਖ ਤੋਂ ਵੀ ਘੱਟ ਰਹਿ ਗਿਆ ਹੈ। ਮਗਰ ਇਸੇ ਖੱਤ ਵਿੱਚ ਮੁਲਤਾਨ ਬਗਾਵਤ ਤੋਂ ਪਹਿਲਾਂ 8 ਲੱਖ ਰੁਪਏ ਲਿਖੇ ਹਨ। ਅਸਲ ਵਿੱਚ ਇੰਨਾ ਕਰਜ਼ ਵੀ ਤਦ ਹੀ ਰਿਹਾ ਸੀ ਕਿ ਰੈਜ਼ੀਡੈਂਟ ਨੇ ਗਵਰਨਰ ਜਨਰਲ ਦੇ ਹੁਕਮ ਨਾਲ ਪੰਜਾਬ ਦੇ ਮਾਲੀ ਪ੍ਰਬੰਧ ਵਿੱਚ ਕੁਝ ਖਾਸ ਤਬਦੀਲੀਆਂ ਕੀਤੀਆਂ ਸਨ ਜਿਸ ਕਰਕੇ ਲਾਹੌਰ ਸਰਕਾਰ ਦੀ ਆਮਦਨ ਘੱਟ ਗਈ ਸੀ। ਇਸ ਗੱਲ ਬਾਰੇ ਇਵਾਨਸ ਬੈਲ ਲਿਖਦਾ ਹੈ, ਲਾਰਡ ਡਲਹੌਜ਼ੀ ਇਹ ਸਾਬਤ ਕਰਨ ਵਿੱਚ ਕਿ ਲਾਹੌਰ ਸਰਕਾਰ ਨੇ ਅਹਿਦਨਾਮਾ ਤੋੜਿਆ ਹੈ ਅਸਲੋਂ ਸਫਲ ਨਹੀਂ ਹੋਇਆ। ਖਾਸ ਮਿਸਾਲ ਜਿਹੜੀ ਉਹ ਦਿੰਦਾ ਹੈ ਉਹ ਰੁਪਏ ਅਦਾ ਕਰਨ ਬਾਰੇ ਹੈ ਤੇ ਇਹ ਸਿਰਫ ਹਿਸਾਬ ਕਿਤਾਬ ਦੀ ਗੱਲ ਹੈ। ਇਹ ਘਟਨਾ ਲਾਹੌਰ ਸਰਕਾਰ ਦੇ ਸਿਰ ਦੋਸ਼ ਵਜੋਂ ਨਹੀਂ ਮੜੀ ਜਾ ਸਕਦੀ। ਡਲਹੌਜ਼ੀ ਅੰਗਰੇਜ਼ੀ ਸਰਕਾਰ ਨੂੰ ਆਪ ਬੁਲਾ ਕੇ ਜਿਹੜੇ ਅਧਿਕਾਰ ਸਿੱਖਾਂ ਨੇ ਦਿੱਤੇ ਸਨ ਉਹ ਪੂਰੀ ਤਰ੍ਹਾਂ ਨਹੀਂ ਮੰਨੇ। ਉਹ ਕਿਹੜਾ ਅਧਿਕਾਰ ਸੀ ਜਿਹੜਾ ਸਿੱਖਾਂ ਨਹੀਂ ਮੰਨਿਆ? ਸਭ ਤੋਂ ਵੱਡਾ ਫਰਜ਼ ਸੀ ਰੈਜ਼ੀਡੈਂਟ ਦੇ ਹੁਕਮ ਦੀ ਪਾਲਣਾ ਕਰਨੀ। ਰੈਜ਼ੀਡੈਂਟ ਆਪ ਮੰਨਦਾ ਹੈ ਸਮੁੱਚੇ ਤੌਰ ਤੇ ਦਰਬਾਰ ਮੇਰੀ ਇੰਨੀ ਮਦਦ ਕਰਦਾ ਹੈ ਜਿੰਨੀ ਦੀ ਮੈਂ ਆਸ ਰੱਖਦਾ ਹਾਂ। ਸਹੀ ਅਰਥਾਂ ਵਿੱਚ ਦਰਬਾਰ ਦੇ ਮੈਂਬਰ ਉਹਨਾਂ ਕੰਮਾਂ ਦੇ ਹਾਕਮ ਹਨ ਜਿਹੜੇ ਉਹਨਾਂ ਨੂੰ ਕਰਨ ਵਾਸਤੇ ਕਹੇ ਜਾਣ। ਇਹ ਗੱਲ ਜ਼ਬਾਨੀ ਹੈ ਤੇ ਹੋਰ ਹੋਈਆਂ ਘਟਨਾਵਾਂ ਤੋਂ ਅੰਦਾਜ਼ਾ ਲਾ ਲਓ। ਲੋਹਗੜ੍ਹ ਦੇ ਕਿਲੇ ਵਿੱਚੋਂ ਰੈਜ਼ੀਡੈਂਟ ਦੇ ਹੁਕਮ ਨਾਲ ਖਾਲਸਾ ਫੌਜ ਕੱਢ ਕੇ ਅੰਗਰੇਜ਼ੀ ਫੌਜ ਰੱਖੀ ਗਈ। ਮਹਾਰਾਣੀ ਜਿੰਦ ਕੌਰ ਦੀ ਪੈਨਸ਼ਨ ਘਟਾਈ ਗਈ। ਉਸ ਨੂੰ ਸ਼ੇਖੂਪੁਰੇ ਵਿੱਚ ਨਜ਼ਰਬੰਦ ਕੀਤਾ ਗਿਆ ਤੇ ਅੰਤ ਦੇਸ਼ ਨਿਕਾਲਾ ਦਿੱਤਾ ਗਿਆ। ਕੀ ਦਰਬਾਰ ਨੇ ਇਹਨਾਂ ਕੰਮਾਂ ਵਿੱਚ ਕੋਈ ਰੁਕਾਵਟ ਪਾਈ? ਜੇ ਨਹੀਂ ਤਾਂ ਇਹ ਕਿਵੇਂ ਕਿਹਾ ਜਾ ਸਕਦਾ ਹੈ ਕਿ ਸਿੱਖਾਂ ਨੇ ਅੰਗਰੇਜ਼ੀ ਸਰਕਾਰ ਦੇ ਅਧਿਕਾਰ ਨੂੰ ਨਹੀਂ ਮੰਨਿਆ? ਡਲਹੌਜ਼ੀ ਅੰਗਰੇਜ਼ ਅਫਸਰ ਮਾਰੇ ਗਏ, ਲਾਹੌਰ ਸਰਕਾਰ ਨੇ ਅਪਰਾਧੀਆਂ ਨੂੰ ਕੋਈ ਸਜ਼ਾ ਨਾ ਦਿੱਤੀ। ਪਹਿਲੀ ਗੱਲ ਤਾਂ ਇਹ ਹੈ ਕਿ ਉਦੋਂ ਲਾਹੌਰ ਦਰਬਾਰ ਦੀ ਵਾਗਡੋਰ ਕਿਹਦੇ ਹੱਥ ਸੀ ਜਿਸ ਨੇ ਅਪਰਾਧੀਆਂ ਨੂੰ ਸਜ਼ਾ ਨਾ ਦਿੱਤੀ? ਲਾਹੌਰ ਸਰਕਾਰ ਨੂੰ ਚਲਾਉਣ ਵਾਸਤੇ ਵੱਡਾ ਅਫਸਰ ਸੀ ਅੰਗਰੇਜ਼ ਰੈਜ਼ੀਡੈਂਟ ਹਾਰਡਿੰਗ। 3 ਜੁਲਾਈ 1847 ਈਸਵੀ ਦੀ ਚਿੱਠੀ ਵਿੱਚ ਲਿਖਦਾ ਹੈ, ਅੰਗਰੇਜ਼ੀ ਰੈਜ਼ੀਡੈਂਟ ਨੂੰ ਰਾਜ ਪ੍ਰਬੰਧ ਦੇ ਹਰ ਇੱਕ ਮਹਿਕਮੇ ਦੇ ਸਾਰਿਆਂ ਕੰਮਾਂ ਵਿੱਚ ਪੂਰੇ ਪੂਰੇ ਅਖਤਿਆਰ ਹਨ। ਫਿਰ 23 ਅਕਤੂਬਰ 1847 ਈਸਵੀ ਦੀ ਚਿੱਠੀ ਵਿੱਚ ਹਾਰਡਿੰਗ ਲਿਖਦਾ ਹੈ, ਹੁਣ ਸਿੱਖ ਰਾਜ ਬਿਲਕੁਲ ਸੁਤੰਤਰ ਰਾਜ ਨਹੀਂ ਹੈ ਤਾਂ ਸਿੱਖ ਰਾਜ ਕਿਸ ਦੇ ਅਧੀਨ ਹੈ? ਗਵਰਨਰ ਜਨਰਲ ਦੇ ਬਣਾਏ ਹੋਏ ਰੈਜ਼ੀਡੈਂਟ ਦੇ, ਭਾਵ ਰੈਜ਼ੀਡੈਂਟ ਹੀ ਉਦੋਂ ਲਾਹੌਰ ਸਰਕਾਰ ਸੀ। ਸੋ ਅਪਰਾਧੀਆਂ ਨੂੰ ਸਜ਼ਾ ਨਾ ਦੇਣ ਵਿੱਚ ਦੋਸ਼ੀ ਕੌਣ ਹੋਇਆ? ਰੈਜ਼ੀਡੈਂਟ ਤੇ ਜਾਂ ਰੈਜ਼ੀਡੈਂਟ ਦਾ ਮਾਲਕ ਗਵਰਨਰ ਜਨਰਲ? ਤੇ ਉਹ ਡਲਹੌਜ਼ੀ ਆਪ ਸੀ। ਸੁਆਦੀ ਗੱਲ ਇਹ ਹੈ ਕਿ ਡਲਹੌਜ਼ੀ ਆਪਣੇ ਦੋਸ਼ ਵੀ ਸਿੱਖਾਂ ਸਿਰ ਮਰਦਾ ਹੈ। ਡਲਹੌਜ਼ੀ ਫੌਜ ਨੇ ਹੁਕਮ ਮੰਨਣ ਤੋਂ ਨਿਰਾ ਇਨਕਾਰ ਹੀ ਨਹੀਂ ਕੀਤਾ, ਸਗੋਂ ਸਾਰੇ ਥਾਈਂ ਅੰਗਰੇਜ਼ਾਂ ਦੇ ਵਿਰੁੱਧ ਹਥਿਆਰ ਚੁੱਕ ਲਏ। ਕੀ ਸਾਰੀ ਫੌਜ ਵਿਰੋਧੀ ਬਣ ਗਈ ਸੀ? ਮਗਰ ਪੰਜਾਬ ਦੇ ਸਰਕਾਰੀ ਕਾਗਜ਼ਾਂ ਵਿੱਚ ਤਾਂ ਲਿਖਿਆ ਹੈ ਕਿ ਲਾਹੌਰ ਦਰਬਾਰ ਦੀ 20,000 ਫੌਜ ਅੰਗਰੇਜ਼ਾਂ ਦੀ ਮਦਦ ਕਰਦੀ ਰਹੀ ਹੈ ਤੇ ਬਾਗੀਆਂ ਨਾਲ ਲੜਦੀ ਰਹੀ ਹੈ। ਅਤੇ ਜੇ ਕੁਛ ਫੌਜ ਬਾਗੀ ਹੋ ਵੀ ਗਈ ਤਾਂ ਬਾਲਕ ਮਹਾਰਾਜੇ ਦਾ ਕੀ ਗੁਨਾਹ? ਬਾਗੀਆਂ ਨੂੰ ਸਜ਼ਾ ਦਿੱਤੀ ਜਾਂਦੀ ਸੋ ਠੀਕ ਸੀ। ਡਲਹੌਜ਼ੀ ਸਾਰੀ ਸਿੱਖ ਵਸੋਂ ਇਸ ਦੁਸ਼ਮਣੀ ਵਿੱਚ ਜੁੱਟ ਪਈ। ਵੱਡੇ ਵੱਡੇ ਸਰਦਾਰ ਆਗੂ ਬਣੇ ਜਿਨ੍ਹਾਂ ਨੇ ਸੁਲਾਹ ਤੇ ਦਸਤਖਤ ਕੀਤੇ ਸਨ, ਉਹ ਸਭ ਤੋਂ ਅੱਗੇ ਦਿਸਦੇ ਸਨ। ਉਹਨਾਂ ਦਾ ਸੈਨਾਪਤੀ ਕੌਂਸਲ ਦਾ ਮੈਂਬਰ ਸੀ। ਬਾਗੀ ਫੌਜ ਦਾ ਸੈਨਾਪਤੀ ਰਾਜਾ ਸ਼ੇਰ ਸਿੰਘ ਕੌਂਸਲ ਦਾ ਮੈਂਬਰ ਸੀ, ਪਰ ਉਹ ਜਿਨ੍ਹਾਂ ਹਾਲਾਤਾਂ ਵਿੱਚ ਮਜਬੂਰ ਹੋ ਕੇ ਬਾਗੀ ਹੋਇਆ ਸੀ ਅਸੀਂ ਪਿੱਛੇ ਲਿਖ ਆਏ ਹਾਂ। ਪਰ ਉਸਦੇ ਬਾਗੀ ਹੋਣ ਦਾ ਅਰਥ ਇਹ ਨਹੀਂ ਕਿ ਲਾਹੌਰ ਦਰਬਾਰ ਜਾਂ ਮਹਾਰਾਜਾ ਦਲੀਪ ਸਿੰਘ ਬਾਗੀ ਹੋ ਗਿਆ ਸੀ। ਬਾਕੀ ਰਿਹਾ ਸਾਰੀ ਸਿੱਖ ਵਸੋਂ ਸਾਰੇ ਵੱਡੇ ਸਰਦਾਰ ਜਿਨ੍ਹਾਂ ਨੇ ਸੁਲਾਹ ਤੇ ਦਸਤਖਤ ਕੀਤੇ ਸਨ ਬਾਗੀ ਹੋ ਗਏ ਦਾ ਉੱਤਰ। ਬਹੁਤੀ ਸਿੱਖ ਵਸੋਂ ਚੜ੍ਹਦੇ ਪੰਜਾਬ ਵਿੱਚ ਹੈ ਤੇ ਸੀ, ਪਰ ਉੱਥੇ ਕੋਈ ਬਗਾਵਤ ਨਹੀਂ ਹੋਈ। ਬਗਾਵਤ ਕੇਵਲ ਕੁਛ ਛਾਉਣੀਆਂ ਵਿੱਚ ਹੋਈ, ਕੁਛ ਨਾਮ ਕਟੇ ਸਿਪਾਹੀਆਂ ਨੇ ਕੀਤੀ। ਪੰਜਾਬ ਦੀ ਸਾਰੀ ਵਸੋਂ ਦਾ 6ਵਾਂ ਹਿੱਸਾ ਸਿੱਖ ਸਨ ਤੇ ਸਿੱਖਾਂ ਵਿੱਚੋਂ ਵੀ ਥੋੜੇ ਜਿਹੇ ਸਰਦਾਰ ਤੇ ਫੌਜੀ ਬਾਗੀ ਹੋਏ। ਨੀਲੀ ਕਿਤਾਬ ਵਿੱਚ 34 ਵੱਡੇ ਸਰਦਾਰਾਂ ਦੇ ਨਾਂ ਲਿਖੇ ਹਨ ਜਿਨ੍ਹਾਂ ਸਣੇ ਸੰਬੰਧੀਆਂ ਤੇ ਮਾਥਿੱਤਾਂ ਦੇ ਬਗਾਵਤ ਵਿੱਚ ਕਿਸੇ ਕਿਸਮ ਦਾ ਕੋਈ ਹਿੱਸਾ ਨਹੀਂ ਲਿਆ। ਇਹਨਾਂ ਵਿੱਚੋਂ 28 ਸਿੱਖ, 2 ਮੁਸਲਮਾਨ ਤੇ 4 ਹਿੰਦੂ ਸਨ।
1846 ईस्वी की सुलाह उत्ते 16 सरदारा ने दस्तखत किए सन, जिन्हां विचों 5 बागियां नाल मिले। कौंसल दे 8 मैंबरां विचों एक राजा शेर सिंह बागी होया, एक रणजोर सिंह मजीठा उदों कैद विच सी ते बाकी 6 अंग्रेजी सरकार दे वफादार रहे। डलहौजी, अंग्रेजी सरकार ने अपनी पूरी ताकत नाल सिखां नूं हरा दिता। इस दे उत्तर विच इन्ना ही लिखना है कि अंग्रेजी फौज इकली ने बागी फौजां नूं नहीं हराया सी, सगों लाहौर दरबार दी 20,000 फौज ते मिसर साहिब दयाल, मयादास, दीवान जवाहरमल दत्त, सरदार फतेह सिंह ते शेख इमामुद्दीन वर्गे कई जरनैल अंग्रेजी फौज की मदद ते सन। डलहौजी, सरकार अंग्रेजी होर इलाका फतेह नहीं करना चाहती। इस दे उल्ट 1846 ईस्वी विच एक अंग्रेजी कर्मचारी मैकग्रेगर समय की आवाज नूं पछाणदा होया लिखता है, अंत एक दिन छेती जां चिर पा के सानू अवश्य पंजाब नूं अंग्रेजी राज विच मिलाउणा पवेगा। हिंद विच अंग्रेजी सरकार दे करता धरता हार्डिंग दे शब्द हन। जाती तौर ते मैनू यह अफसोस ही रहेगा कि अंग्रेजी झंडा सिंध दे कंडिया ते गड्डना मेरी किस्मत विच नहीं। बाकी रही डलहौजी दी अपनी चाह, ओह उस दी चल रही नीति तो प्रगट है। मुल्तान दी बगावत नूं ना दबाउण करके जोर दी अग बल उठी। उदों सरकार हिंद दा सकत्तर लाहौर दे रेजिडेंट नूं फोर्ट विलियम तों 3 अक्तूबर 1848 ईस्वी नूं लिखदा है, तुहानू इह खबर देण दी मेरी इच्छा है कि गवर्नर जनरल लाहौर सरकार नूं अंग्रेजी सरकार नाल हर तरह ते हर ढंग नाल सिद्धी लड़ रही समझदा है। इस चिट्ठी दा असली भाव की है, इह समझ वालियां तों लुकिया होया नहीं। अच्छा, होर वेखो उह केड़ी लाहौर सरकार सी जिहड़ी अंग्रेजी सरकार नाल लड़ रही सी। इस दा उत्तर इवांस बैल बड़ा सोहना लिखदा है, लाहौर सरकार अंग्रेजी सरकार नाल लड़ रही सी जदों पंजाब दा बादशाह लाहौर विच रेजिडेंट दी रख्या अधीन सी। लाहौर सरकार अंग्रेजी सरकार नाल लड़ रही सी जदों अंग्रेजी रेजिडेंट बालक बादशाह दे नाम ते सुलाह दी शर्त अनुसार पंजाब दा राज प्रबंध चला रहा सी। असल विच लाहौर सरकार सी किथे जिस नाल अंग्रेजी सरकार लड़ रही सी? मलका ते ओदे साथी महाराजा दलीप सिंह दे सत्कार विच शाही सलामी देण पिछों 5 सितंबर नूं राजा शेर सिंह दे डेरे ते मुल्तान दे किले नूं हवाले कर देण वास्ते कहा गया सी। की दीवान मूलराज चतर सिंह जां राजा शेर सिंह इह समझदे सन जिन्हां नूं महाराजा दलीप सिंह दी हकूमत दे विरुद्ध बागी मन्निया गया सी? हुण पाठक आप ही फैसला कर लैण कि सरकार अंग्रेजी दी, खासकर लॉर्ड डलहौजी दी, होर इलाका जितन दी चाह सी जां नहीं। डलहौजी, सदा दी लड़ाई नूं बंद करन लई पंजाब विच अंग्रेजी राज कायम कीता जावे। जिन्ना चिर सिखां कोल सुतंत्र राज रहेगा ओह लड़ाई तों नहीं टलणगे। पंजाब विच सिख राज दा कायम रहना अंग्रेजी इलाके लई हानिकारक है। इस दे उत्तर विच इवांस बैल लिखदा है, 1846 ईस्वी की सुलाह पिछों पंजाब विच अंग्रेजा दा हथ ना भी रहिंदा तां भी पंजाब नूं सुतंत्र नहीं कहा जा सकता सी। जिस दा कारण इह सी कि इस सुलाह नाल पंजाब दरबार दी सरदारी कईआं निक्कीआं रियासतां तों हट गई सी ते उहनां नाल कोई रसूख नहीं सी रहा। इह रियासतां हुण अंग्रेजां दे हथ आ चुकीआं सन। इहनां रियासतां ने 1849 ईस्वी दे युद्ध विच अंग्रेजां दी बड़ी सहायता कीती सी। दुआबा, जलंधर ते कश्मीर खोहे जाण करके पंजाब निर्बल हो चुका सी। जलंधर साडे कब्जे विच सी ते कश्मीर नूं सुतंत्र राज बना के पंजाब दे एक पासे रख दिता गया सी। निश्चय पूर्वक पंजाब दी सुतंत्रता अजिही नहीं सी रही जिस करके हिंद दी शांति भंग होण जां साडे राज दी पूरी रख्या ना हो सकण दा कोई डर उत्पन्न हो सकदा। लॉर्ड हार्डिंग ने इस गल दा पूरा पूरा ध्यान रख्या सी। होर सुनो, 1847 ईस्वी विच सर हैनरी लारेंस लिखदा है, लॉर्ड एलन बोरो दे चंगे प्रबंध नाल ग्वालियर साडा हथियारबंद मित्र है ते जे लॉर्ड डलहौजी साडे रख्या अधीन दलीप सिंह नूं ना उजाड़दा तां पंजाब हुण नालों वधेरे साडा शस्त्रधारी मित्र हुंदा।
ਜੇ ਕਦੇ ਡਲਹੌਜ਼ੀ ਪੰਜਾਬ ਨੂੰ ਟਕੇ ਭਰਨ ਵਾਲੀ ਰਿਆਸਤ ਬਣਾ ਕੇ ਦਲੀਪ ਸਿੰਘ ਦੇ ਹਵਾਲੇ ਕਰ ਦਿੰਦਾ ਤਾਂ ਅੰਗਰੇਜ਼ੀ ਰਾਜ ਵਾਸਤੇ ਬੜਾ ਚੰਗਾ ਹੁੰਦਾ, ਕਿਉਂਕਿ ਕਿਸੇ ਬਾਦਸ਼ਾਹ ਖਾਸ ਕਰ ਹਿੰਦੁਸਤਾਨ ਦੇ ਮਾਮਲੇ ਬਾਰੇ ਥੱਲੇ ਜਿੰਨੀਆਂ ਵਧੇਰੇ ਰਿਆਸਤਾਂ ਹੋਣ ਓਨੀ ਹੀ ਉਹਦੀ ਬਾਦਸ਼ਾਹੀ ਪੱਕੀ ਹੁੰਦੀ ਹੈ। ਸੋ ਪੰਜਾਬ ਤੇ ਕਬਜ਼ਾ ਕਰਨ ਵਾਸਤੇ ਇਹ ਵੀ ਕੋਈ ਢੁਕਦੀ ਦਲੀਲ ਨਹੀਂ ਹੈ। ਡਲਹੌਜ਼ੀ ਗਵਰਨਰ ਜਨਰਲ ਨੂੰ ਇਸ ਗੱਲ ਦਾ ਅਫਸੋਸ ਹੈ ਕਿ ਉਹ ਬਾਲਕ ਦਲੀਪ ਸਿੰਘ ਨੂੰ ਤਖਤੋਂ ਲਾ ਰਿਹਾ ਹੈ। ਇਹ ਤਾਂ ਗਵਰਨਰ ਜਨਰਲ ਦੇ ਕੰਮਾਂ ਤੋਂ ਹੀ ਪਿਆ ਪ੍ਰਗਟ ਹੁੰਦਾ ਹੈ ਕਿ ਉਸਨੂੰ ਕਿੰਨਾ ਕੁ ਅਫਸੋਸ ਹੈ। ਡਲਹੌਜ਼ੀ ਰਿਆਸਤ ਦਾ ਮਾਲਕ ਆਪਣੀ ਪਰਜਾ ਦੇ ਕੰਮਾਂ ਦਾ ਜ਼ਿੰਮੇਵਾਰ ਹੁੰਦਾ ਹੈ, ਠੀਕ ਹੈ, ਪਰ ਜਿਹੜਾ ਮਹਾਰਾਜਾ ਆਪਣੀ ਪਰਜਾ ਦਾ ਮਾਲਕ ਹੀ ਨਾ ਹੋਵੇ ਕੀ ਉਹ ਵੀ ਜ਼ਿੰਮੇਵਾਰ ਹੁੰਦਾ ਹੈ? ਜਿਸ ਮਹਾਰਾਜੇ ਬਾਰੇ ਅੰਗਰੇਜ਼ ਕਰਮਚਾਰੀਆਂ ਨੇ ਆਪ ਕਈ ਵਾਰ ਮੰਨਿਆ ਹੋਵੇ ਕਿ ਮਹਾਰਾਜਾ ਹੁਣ ਖੁਦ ਮੁਖਤਿਆਰ ਸੁਤੰਤਰ ਨਹੀਂ, ਮਹਾਰਾਜੇ ਨੂੰ ਬੇੜੀਆਂ ਪਾ ਦਿੱਤੀਆਂ ਗਈਆਂ ਹਨ, ਮਹਾਰਾਜਾ ਰੈਜ਼ੀਡੈਂਟ ਦੇ ਅਧੀਨ ਹੈ, ਕੀ ਉਹ ਪਰਜਾ ਦੇ ਕੰਮਾਂ ਦਾ ਜ਼ਿੰਮੇਵਾਰ ਹੋਵੇਗਾ? ਤੇ ਸਾਰੀ ਪਰਜਾ ਅਪਰਾਧੀ ਵੀ ਨਹੀਂ, ਸਾਰੀ ਪਰਜਾ ਦਾ 6ਵਾਂ ਹਿੱਸਾ ਸਿੱਖ ਹਨ ਤੇ ਉਹਨਾਂ ਵਿੱਚੋਂ ਵੀ ਕੁਛ ਸਿੱਖਾਂ ਨੇ ਬਗਾਵਤ ਕੀਤੀ ਸੀ। ਇਸੇ ਗੱਲ ਬਾਬਤ ਇਵਾਨਸ ਬੈਲ ਲਿਖਦਾ ਹੈ, ਲਾਹੌਰ ਸ਼ਹਿਰ ਦੇ ਨੇੜੇ ਕੋਈ ਲੜਾਈ ਨਹੀਂ ਹੋਈ, ਮਹਾਰਾਜਾ ਦਲੀਪ ਸਿੰਘ ਦੁਸ਼ਮਣ ਨਹੀਂ ਸੀ, ਉਹ ਅੰਗਰੇਜ਼ ਸਰਕਾਰ ਦਾ ਰੱਖਿਆ ਅਧੀਨ ਤੇ ਮਿੱਤਰ ਸੀ ਤੇ ਬਗਾਵਤ ਦੇ ਸਮੇਂ ਉਹਨੂੰ ਮਿੱਤਰ ਅਤੇ ਰੱਖਿਆ ਅਧੀਨ ਹੀ ਦੱਸਿਆ ਜਾਂਦਾ ਰਿਹਾ। ਉਸਦਾ ਮਹਿਲ, ਉਹਦੀ ਜਾਇਦਾਦ, ਉਹਦਾ ਸਰੀਰ ਪੂਰੇ 3 ਸਾਲ ਵਾਸਤੇ ਲਾਹੌਰ ਦੇ ਅੰਗਰੇਜ਼ੀ ਰੈਜ਼ੀਡੈਂਟ ਦੇ ਹਵਾਲੇ ਤੇ ਕਬਜ਼ੇ ਵਿੱਚ ਸੀ ਤੇ 1849 ਈਸਵੀ ਦੀ ਸੁਲਾਹ ਤੱਕ ਕਬਜ਼ੇ ਵਿੱਚ ਰਿਹਾ। ਅਸਲ ਵਿੱਚ ਦਿਲੋਂ ਤਾਂ ਡਲਹੌਜ਼ੀ ਆਪ ਵੀ ਮਹਾਰਾਜਾ ਦਲੀਪ ਸਿੰਘ ਨੂੰ ਨਿਰਦੋਸ਼ ਜਾਣਦਾ ਸੀ ਤੇ ਉਸ ਨੂੰ ਪਤਾ ਸੀ ਕਿ ਜੋ ਕੁਛ ਉਹ ਕਰ ਰਿਹਾ ਹੈ ਉਹ ਨਿਆਂ ਨਹੀਂ, ਕਿਉਂਕਿ ਉਹ ਆਪਣੇ ਐਲਾਨ ਵਿੱਚ ਆਪ ਹੀ ਸ਼ੰਕਾ ਕਰਦਾ ਹੈ। ਜਦ ਪਹਿਲੀ ਜੰਗ ਵਿੱਚ ਆਪਣੀ ਪਰਜਾ ਦੇ ਅਪਰਾਧਾਂ ਬਦਲੇ ਮਹਾਰਾਜੇ ਨੂੰ ਸਜ਼ਾ ਭੁਗਤਣੀ ਪਈ ਸੀ ਤਾਂ ਹੁਣ ਕਿਉਂ ਨਾ ਸਜ਼ਾ ਭੁਗਤੇ? ਜੇ ਮਹਾਰਾਜਾ ਬਾਲਕ ਹੋਣ ਦੇ ਬਹਾਨੇ ਉੱਤੇ 8 ਸਾਲ ਦੀ ਉਮਰ ਵਿੱਚ ਜ਼ਿੰਮੇਵਾਰੀ ਤੋਂ ਬਰੀ ਕੀਤਾ ਗਿਆ ਤਾਂ ਉਸੇ ਬਹਾਨੇ ਉੱਤੇ ਜਦ ਹੁਣ ਉਹ 11 ਸਾਲ ਦਾ ਹੈ ਉਹ ਜਿਹੀ ਜ਼ਿੰਮੇਵਾਰੀ ਤੋਂ ਬਰੀ ਨਹੀਂ ਕੀਤਾ ਜਾ ਸਕਦਾ, ਜਦੇ ਕਿ ਉਹ 3 ਸਾਲ ਵੱਡਾ ਹੈ। ਇਹ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਲਾਰਡ ਡਲਹੌਜ਼ੀ ਨੇ 1846 ਈਸਵੀ ਤੇ 1849 ਈਸਵੀ ਵਿੱਚ ਫਰਕ ਨੂੰ ਪੂਰੀ ਤਰ੍ਹਾਂ ਅੱਖਾਂ ਤੋਂ ਓਹਲੇ ਕਰ ਦਿੱਤਾ ਹੈ। ਦੋਹਾਂ ਸਮਿਆਂ ਵਿੱਚ ਉਮਰ ਦਾ ਸਵਾਲ ਨਹੀਂ ਹੈ। 1846 ਈਸਵੀ ਵਿੱਚ ਜਦੋਂ ਉਹਨੂੰ ਤਾੜਨਾ ਕੀਤੀ ਗਈ ਤੇ ਉਹਨੇ ਉਸ ਤਾੜਨਾ ਨੂੰ ਮੰਨਿਆ ਸੀ, ਉਦੋਂ ਖਿਮਾ ਦਾ ਕੋਈ ਬਹਾਨਾ ਨਹੀਂ ਸੀ ਕਿਉਂਕਿ ਮਹਾਰਾਜਾ ਉਸ ਸਮੇਂ ਸੁਤੰਤਰ ਰਾਜ ਦਾ ਹਾਕਮ ਸੀ। ਭਾਵੇਂ ਉਹ ਬਾਲਕ ਸੀ ਪਰ ਉਹਦੀ ਮਾਂ, ਉਹਦੇ ਨੇੜੇ ਦੇ ਸੰਬੰਧੀ ਤੇ ਉਹਦੇ ਆਪਣੇ ਚੁਣੇ ਹੋਏ ਸਲਾਹਕਾਰ ਰਾਜ ਦੇ ਅਸਲੀ ਹਾਕਮ ਸਨ ਤੇ 1849 ਈਸਵੀ ਵਿੱਚ ਗਵਰਨਰ ਜਨਰਲ ਦੀ ਹਦਾਇਤ ਅਧੀਨ ਰੈਜ਼ੀਡੈਂਟ ਅਸਲੀ ਹਾਕਮ ਸੀ। ਬੇਸ਼ੱਕ ਇੱਕ ਬਾਲਕ ਸ਼ਾਹਜ਼ਾਦਾ ਰਾਜ ਦਾ ਜਾਤੀ ਆਗੂ ਹੈ ਤੇ ਉਹਦੀ ਕਿਸਮਤ ਰਾਜ ਦੇ ਵਾਧੇ ਘਾਟੇ ਨਾਲ ਸੰਬੰਧਿਤ ਹੈ, ਪਰ ਇੱਕ ਬਾਲਕ ਸ਼ਾਹਜ਼ਾਦਾ ਆਪਣੇ ਬਲਵਾਨ ਗੁਆਂਢੀ ਦੀ ਰੱਖਿਆ ਵਿੱਚ ਇਨਸਾਫ ਦੀ ਨਜ਼ਰ ਵਿੱਚ ਆਪਣੀ ਕੌਮ ਦੇ ਕੰਮਾਂ ਦਾ ਜ਼ਿੰਮੇਵਾਰ ਨਹੀਂ ਬਣਾਇਆ ਜਾ ਸਕਦਾ, ਜਦੋਂ ਕਿ ਉਹਦੇ ਰਖਵਾਲੇ ਨੇ ਅਗਵਾਈ ਕਰਨ ਤੇ ਉਹਨੂੰ ਕਾਬੂ ਰੱਖਣ ਦੀ ਜ਼ਿੰਮੇਵਾਰੀ ਲਈ ਹੋਈ ਸੀ। ਮੁੱਕਦੀ ਗੱਲ, ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਮਿਲਾਉਣਾ ਬੇਇਨਸਾਫੀ ਸੀ। ਲਾਰਡ ਡਲਹੌਜ਼ੀ ਦੇ ਮੱਥੇ ਤੋਂ ਇਹ ਧੱਬਾ ਕਦੇ ਨਹੀਂ ਲਹੇਗਾ ਕਿ ਉਹਨੇ ਪੰਜਾਬ ਅੰਗਰੇਜ਼ੀ ਰਾਜ ਵਿੱਚ ਮਿਲਾਉਣ ਦੀ ਬੇਇਨਸਾਫੀ ਕੀਤੀ ਸੀ। ਇਹ ਸਾਰੇ ਦੋਸ਼ ਤੋਂ ਬਚਣ ਦਾ ਬੜਾ ਚੰਗਾ ਤਰੀਕਾ ਸੀ ਕਿ ਲਾਰਡ ਡਲਹੌਜ਼ੀ ਨੇ 13 ਅਕਤੂਬਰ 1848 ਈਸਵੀ ਨੂੰ ਜਿਹੜੀ ਗੁਪਤ ਚਿੱਠੀ ਰੈਜ਼ੀਡੈਂਟ ਨੂੰ ਲਿਖੀ ਸੀ, ਜਿਸ ਵਿੱਚ ਲਿਖਿਆ ਸੀ ਕਿ ਲਾਹੌਰ ਦਰਬਾਰ ਸਾਡੇ ਨਾਲ ਲੜ ਰਿਹਾ ਹੈ, ਉਹ ਚਿੱਠੀ ਸਾਰੇ ਪ੍ਰਕਾਸ਼ਿਤ ਕਰ ਦਿੱਤੀ ਜਾਂਦੀ ਤੇ ਖੁੱਲ੍ਹਾ ਐਲਾਨ ਕਰ ਦਿੱਤਾ ਜਾਂਦਾ ਕਿ ਅੰਗਰੇਜ਼ੀ ਸਰਕਾਰ ਤੇ ਲਾਹੌਰ ਸਰਕਾਰ ਇੱਕ ਦੂਸਰੇ ਨਾਲ ਜੰਗ ਕਰ ਰਹੀਆਂ ਹਨ। ਪਰੋਵਾਲ ਦੀ ਸੁਲਾਹ ਟੁੱਟ ਗਈ ਹੈ, ਹੁਣ ਪੰਜਾਬ ਦਾ ਹਾਕਮ ਰੈਜ਼ੀਡੈਂਟ ਨਹੀਂ ਸਗੋਂ ਮਹਾਰਾਜਾ ਦਲੀਪ ਸਿੰਘ ਹੈ। ਸੈਨਾਪਤੀ ਗੱਫ ਦੀ ਫੌਜ ਦੁਸ਼ਮਣ ਬਣ ਕੇ ਪੰਜਾਬ ਵਿੱਚ ਦਾਖਲ ਹੋ ਰਹੀ ਹੈ ਤੇ ਅਸੀਂ ਮਹਾਰਾਜਾ ਦਲੀਪ ਸਿੰਘ ਨਾਲ ਲੜ ਕੇ ਪੰਜਾਬ ਨੂੰ ਫਤਿਹ ਕਰ ਲਵਾਂਗੇ। ਇਸ ਤਰ੍ਹਾਂ ਡਲਹੌਜ਼ੀ ਸਾਰਿਆਂ ਵੱਲੋਂ ਸੱਚਾ ਰਹਿ ਜਾਂਦਾ ਤੇ ਜੇ ਡਰ ਹੁੰਦਾ ਕਿ ਇਸ ਤਰ੍ਹਾਂ ਸਾਰੇ ਪੰਜਾਬ ਵਿੱਚ ਬਲਵੇ ਦੀ ਅੱਗ ਭੜਕ ਉੱਠੇਗੀ ਤਾਂ ਲਾਹੌਰ ਵਿਚਲੇ ਤੇ ਬਾਕੀ ਪੰਜਾਬ ਦੇ ਵਫ਼ਾਦਾਰ ਸਰਦਾਰ ਵੀ ਬਾਗੀ ਹੋ ਜਾਣਗੇ ਤਾਂ ਉਹਨਾਂ ਨੂੰ ਪਹਿਲਾਂ ਹੀ ਫੜ ਕੇ ਨਜ਼ਰਬੰਦ ਕਰ ਲਿਆ ਜਾਂਦਾ। ਪਰ ਮਾਲੂਮ ਹੁੰਦਾ ਹੈ
कि डलहौजी ते गफ नू डर सी कि इस तरह करन नाल ओह जित नहीं सकणगे, सो उन्हां अजिहा नहीं किता। सगों 18 नवंबर 1848 ईस्वी नू रेजिडेंट ने ऐलान किता कि अंग्रेजी फौज दुश्मन बन के नहीं सगों महाराजा दलीप सिंह दी हकूमत दी मित्र बन के पंजाब विच वड़ी है। केवल बागियां नू सजा दित्ती जावेगी, जो इस बगावत विच हिस्सेदार नहीं बनणगे ਉਹ ਭਾਵੇਂ ਕੋਈ ਹੋਣ ਉਹਨਾਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਜਾਵੇਗੀ। ਇਸ ਐਲਾਨ ਦੀ ਪ੍ਰੋੜਤਾ ਗਵਰਨਰ ਜਨਰਲ ਵੱਲੋਂ 14 ਦਸੰਬਰ 1848 ਈਸਵੀ ਤੇ ਫਿਰ 5 ਫਰਵਰੀ 1849 ਈਸਵੀ ਨੂੰ ਕੀਤੀ ਜਾਂਦੀ ਹੈ। ਕੀ ਇਹ ਸਾਰਾ ਇਨਸਾਫ ਹੈ? ਫਿਰ ਆਖਰੀ ਸੁਲਾਹ ਉੱਤੇ ਸਰਦਾਰਾਂ ਕੋਲੋਂ ਦਸਤਖਤ ਕਿਵੇਂ ਕਰਾਏ ਗਏ? ਇਵਾਨਸ ਬੈਲ ਲਿਖਦਾ ਹੈ, ਮਹਾਰਾਜੇ ਦੇ ਸਲਾਹਕਾਰਾਂ ਦੇ ਦਸਤਖਤ ਉਹਨਾਂ ਤੋਂ ਤੱਕੇ ਨਾਲ ਕਰਾਏ ਗਏ। ਬਗਾਵਤ ਵਿੱਚ ਉਹਨਾਂ ਦਾ ਵਰਤਾਓ ਨਿਰਦੋਸ਼ ਸੀ। ਉਹਨਾਂ ਨੂੰ ਧਮਕੀ ਦਿੱਤੀ ਗਈ ਕਿ ਜੇ ਉਹਨਾਂ ਦਸਤਖਤ ਕਰਨ ਤੋਂ ਇਨਕਾਰ ਕੀਤਾ ਤਾਂ ਉਹਨਾਂ ਨੂੰ ਗਵਰਨਰ ਜਨਰਲ ਦੇ ਰਹਿਮ ਉੱਤੇ ਛੱਡ ਦਿੱਤਾ ਜਾਵੇਗਾ ਤੇ ਉਹਨਾਂ ਨੂੰ ਕੋਈ ਪੱਤਾ ਨਹੀਂ ਦਿੱਤਾ ਜਾਵੇਗਾ। ਇਹ ਹੈ ਸਾਡੀ ਉਜੜੀ ਦੁਨੀਆ ਦੀ ਦਰਦਨਾਕ ਕਹਾਣੀ, ਸਿੱਖ ਰਾਜ ਕਿਵੇਂ ਗਿਆ। ਕੁੱਲ 262 ਪੰਨੇ ਪੜ੍ਹ ਕੇ ਅੱਜ ਇਸ ਕਿਤਾਬ ਦੀ ਸਮਾਪਤੀ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।